प्यारे विद्यार्थियों मैं आज ਤੁਹਾਡੇ ਨਾਲ ਜਮਾਤ 6ਵੀਂ ਦਾ ਵਿਸ਼ਾ ਭਿੰਨਾਂ ਸਾਂਝਾ ਕਰਨ ਜਾ ਰਿਹਾ ਹਾਂ ਭਿੰਨਾਂ ਬਾਰੇ ਤੁਹਾਡੀ ਜਾਣਕਾਰੀ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹੋ ਕਿ ਪੂਰਨ ਦੇ ਭਾਗ ਨੂੰ ਭਿੰਨ ਕਹਿੰਦੇ ਹਨ ਅਸੀਂ ਅੱਜ ਅਭਿਆਸ 7.3 ਤੇ ਅਭਿਆਸ 7.4 ਦੇ ਰਿਗਾਰਡਿੰਗ ਕੁਝ ਟੌਪਿਕ ਡਿਸਕਸ ਕਰਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਟੌਪਿਕ ਹੈ ਤੁਲਪਿੰਨਾਂ ਇਕੁਇਵਲੈਂਟ ਫ੍ਰੈਕਸ਼ਨਸ ਤੁਲਪਿੰਨਾਂ ਕਿਹੜੀਆਂ ਹੁੰਦੀਆਂ ਤੋਲ ਪਿੰਨਾ ਲਈ ਮੈਂ ਕੁਧਾਰ ਲੈ ਰਿਹਾ ਬਹੁਤ ਸੋਹਣੀ ਬੱਚਿਆਂ ਨੂੰ ਪੀਜ਼ਾ ਬਹੁਤ ਪਸੰਦ ਹੈ ਤਾਂ ਮੈਂ ਪੀਜ਼ਾ ਲਿਆ ਪਹਿਲੀ ਡਾਇਗ੍ਰਾਮ ਤੋਂ ਹੀ ਦੇਖ ਰਹੇ ਹੋ ਕਿ ਪੀਜ਼ੇ ਨੂੰ ਮੈਂ ਦੋ ਭਾਗਾਂ 'ਚ ਵੰਡਿਆ ਦੋ ਚੋ ਮੈਨੂੰ ਅੱਧਾ ਪ੍ਰਾਪਤ ਹੋਇਆ ਇੱਕ ਇੱਕ ਭਾਗ ਪ੍ਰਾਪਤ ਹੋਇਆ ਸੋ ਇਹਨੂੰ ਆਪਾਂ ਭਿੰਨ ਦੇ ਰੂਪ 'ਚ ਕਿਵੇਂ ਲਿਖਾਂਗੇ 1/2 ਅੱਧਾ ਮੇਰਾ ਹਿੱਸਾ ਹੈ ਤਾਂ 1/2 ਦੂਸਰੇ ਕੇਸ ਦੇ ਵਿੱਚ ਮੈਂ ਚਾਰ ਬਰਾਬਰ ਭਾਗਾਂ 'ਚ ਵੰਡਿਆ ਪੀਜ਼ਾ ਮੈਂ ਅੱਧਾ ਹੀ ਲਿਆ ਪਰ ਮੇਰੇ ਕਿੰਨੇ ਭਾਗ ਹੋਗੇ ਚਾਰਾਂ ਦੇ ਵਿੱਚੋਂ ਦੋ ਭਾਗ ਜੋ ਕੀ ਲਿਖ ਸਕਦੇ ਆਪਾਂ 2/4 ਤੇ ਤੀਸਰੇ ਕੇਸ ਦੇ ਵਿੱਚ ਅੱਠ ਭਾਗਾ ਚ ਵੰਡਿਆ ਅੱਠ ਭਾਗਾ ਚੋਂ ਵੰਡ ਕੇ ਅੱਧਾ ਹੀ ਮੈਂ ਫੇਰ ਲਿਆ ਪਰ ਮੇਰੇ ਅੱਧੇ ਕਿੰਨੇ 파ਟ ਹੋ ਗਏ ਆਪਣੇ ਕੋਲੇ ਚਾਰ 파ਟ ਸੋ ਪਪੇਨ ਰੂਪ ਚ ਉਹਨੂੰ ਕਿੱਦਾਂ ਲਿਖ ਸਕਦੇ ਆ 4/8 ਫਤੋਇਤੇ ਹਣਾਲ ਦੇਖੋ ਲਿਆ ਤਾਂ ਮੈਂ ਅੱਧਾ ਹੀ ਆ ਪਹਿਲੇ ਕੇਸ ਚ ਵੀ ਦੂਸਰੇ ਕੇਸ ਚ ਵੀ ਤੀਸਰੇ ਕੇਸ ਦੇ ਵਿੱਚ ਵੀ ਮੈਂ ਅੱਧਾ ਹੀ ਲਿਆ ਪੀਜ਼ਾ ਤਜੇ ਮੈਂ ਅੱਧਾ ਹੀ ਲਿਆ ਤਾਂ ਫਿਰ ਇਹ ਸਾਰੀਆਂ ਪਿੰਨਾ ਸਮਾਨ ਹੋਣੀਆਂ ਚਾਹੀਦੀਆਂ ਤਾਂ ਇਹਦਾ ਮਤਲਬ 1/2 2/4 ਤੇ 4/8 ਇਹ ਕਿਹੜੀਆਂ ਪਿੰਨਾ ਹਨ ਤੁਲ ਪਿੰਨਾ ਹਨ ਆਪਾਂ ਇੱਕ ਹੋਰ ਉਦਾਹਰਣ ਲੈਨੇ ਲੇਖੋ ਵੇ ਪੱਟੀਆਂ ਲਈਆਂ ਕੁਛ ਇੱਕ ਪਹਿਲਾ ਪੱਟੀ ਲਈ ਉਹ ਪੱਟੀ ਨੂੰ ਮੈਂ ਤਿੰਨ ਬਰਾਬਰ ਭਾਗਾਂ 'ਚ ਵੰਡਿਆ ਬਰਾਬਰ ਹੋਣਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਿੰਨ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਪਿੰਨ ਤਾਂ ਹੀ ਬਣेंगे ਜੇ ਤੁਸੀਂ ਭਾਗ ਬਰਾਬਰ ਕਰੋਗੇ ਤਾਂ ਮੈਂ ਬਰਾਬਰ ਭਾਗ ਕੀਤੇ ਪਰ ਤਿੰਨ ਭਾਗ ਕੀਤੇ ਉਹਨਾਂ ਤਿੰਨਾਂ ਭਾਗਾਂ ਚੋਂ ਇੱਕ ਭਾਗ ਨੂੰ ਹਰਾ ਕੀਤਾ ਤੇ ਜੇ ਇੱਕ ਭਾਗ ਹਰਾ ਹੈ ਇਹਨਾਂ ਦੇ ਵਿੱਚੋਂ ਤਾਂ ਕਿਹੜੀ ਪਿੰਨ ਪ੍ਰਾਪਤ ਹੋਏਗੀ 1/3 ਦੂਸਰੇ ਕੇਸ ਦੇਖੋ ਮੈਂ 6 ਬਰਾਬਰ ਭਾਗਾਂ ਵਿੱਚ ਵੰਡੇਆ ਉਹਨਾਂ 6 ਬਰਾਬਰ ਭਾਗਾਂ ਦੇ ਵਿੱਚੋਂ ਦੋ ਭਾਗ ਜਿਹੜੇ ਹਨ 6 ਦੇ ਵਿੱਚੋਂ 2 ਹਰੇ ਹਨ ਦੋ ਭਾਗ ਹਰੇ ਹਨ ਸੋ ਇਹ ਕੀ ਹੋਏਗਾ ਆਪਣੇ ਕੋਲੇ 2/6 6 ਚੋਂ 2 2/6 ਤੀਸਰੇ ਕੇਸ ਦੇ ਵਿੱਚ ਸੇਮ ਪੱਟੀ ਮੈਂ ਉੱਡੀ ਹੀ ਪੱਟੀ ਰੱਖੀ ਬਟ ਉਹਨੂੰ ਮੈਂ ਹੁਣ 12 ਬਰਾਬਰ ਭਾਗਾਂ 'ਚ ਵੰਡਿਆ ਕਿੰਨੇ ਬਰਾਬਰ ਭਾਗਾਂ 'ਚ ਵੰਡਿਆ ਗਿਣ ਸਕਦੇ ਆ ਤੁਸੀਂ 12 ਪਰ ਜਿਹੜੇ ਹਰੇ ਪੋਰਸ਼ਨ ਹਨ ਉਹ ਕਿੰਨੇ ਹਨ ਤੁਸੀਂ ਦੇਖੋ ਆਪਣੇ ਕੋਲੇ 4 ਸੋ ਭਿੰਨ ਕਿਹੜੀ ਪ੍ਰਾਪਤ ਹੋਏਗੀ ਆਪਣੇ ਕੋਲੇ 4/12 ਪਰ ਤੁਸੀਂ ਧਿਆਨ ਦਿਓ ਬੱਚੋ ਇਹ ਹਰੇ ਪੋਸ਼ਟਾਂ ਵੱਲ ਧਿਆਨ ਦਿਓ ਚੰਗੀ ਤਰ੍ਹਾਂ ਕੀ ਇਹ ਅਲਗ-ਅਲਗ ਹਨ ਜਿੰਨਾ ਪਹਿਲਾਂ ਹਰਾ ਮਿਲਿਆ ਸੀਗਾ ਦੂਜੇ 'ਚ ਵੀ ਉਹਨਾ ਤੀਜੇ 'ਚ ਵੀ ਉਹਨਾ ਸੇਮ ਸੇਮ ਮਿਲੇ ਆਪਣੇ ਕੋਲੇ ਜਦ ਸੇਮ ਮਿਲਿਆ ਤਾਂ ਫਿਰੇ ਪਿੰਨਾ ਸਮਾਨ ਹੋਣੀਆਂ ਚਾਹੀਦੀਆਂ ਤੇ ਇਹਦਾ ਮਤਲਬ ਸਾਡੇ ਕੋਲੇ 1/3 ਤੇ 2/6 ਤੇ 4/12 ਇਹ ਕਿਹੜੀਆਂ ਪਿੰਨਾ ਹਨ ਆਪਣੇ ਕੋਲੇ ਤੁਲ ਪਿੰਨਾ ਹਨ ਮੈਨੂੰ ਲੱਗਦਾ ਇਹ ਦੋਨੋਂ ਉਦਾਹਰਨਾਂ ਦੇਖ ਕੇ ਬੱਚਿਆਂ ਨੂੰ ਬਹੁਤ ਕਲੀਅਰ ਹੋ ਗਿਆ ਹੋਣਾ ਕਿ ਤੁਲ ਪਿੰਨਾ ਕੀ ਹਨ ਤਾਂ ਉਹਨਾਂ ਨੇ ਆਪਣੇ ਆਪ ਹੀ ਡੈਫੀਨੇਸ਼ਨ ਵੀ ਲਿਖ ਲਈ ਹੋਣੀ ਉਹ ਪਿੰਨਾ ਜਿਨ੍ਹਾਂ ਦੇ ਮੁੱਲ ਬਰਾਬਰ ਹੁੰਦੇ ਹਨ ਭਾਵ ਉਹ ਪੂਰਨ ਦੇ ਇੱਕੋ ਜਿਹੇ ਭਾਗ ਨੂੰ ਦਰਸਾਉਂਦੀਆਂ ਹਨ ਉਪੂਰਨ ਦੇ ਇੱਕੋ ਜਿਹੇ ਭਾਗ ਨੂੰ ਦਸਾਉਂਦੀਆਂ ਹਨ ਇਹ ਇੱਕੋ ਭਾਗ ਨੂੰ ਦਸਾ ਰਹੀ ਹੈ ਦੇਖੋ ਅੱਧਾ 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 ਪਹਿਲੇ ਕੇਸ ਦੇ ਵਿੱਚ ਠੀਕ ਹੈ ਇਹ ਦੂਸਰੇ ਕੇਸ ਦੇ ਵਿੱਚ ਵੀ ਹਰਾ ਬਿਲਕੁਲ ਉਹਨਾਂ ਸਮਾਨ ਹਰਾ ਆਪਣੇ ਕੋਲੇ ਤਾਂ ਪੂਰਨ ਦੇ ਇੱਕੋ ਜਿਹੇ ਭਾਗ ਨੂੰ ਦਸਾਉਂਦੀਆਂ ਹਨ ਇਹੋ ਜਿਹੀ ਪਿੰਨਾਂ ਨੂੰ ਕਿਹੜੀਆਂ ਪਿੰਨਾਂ ਕੰਨੇ ਆਪਾਂ ਤੁਲ ਪਿੰਨਾਂ ਤਾਂ ਆਓ ਥੋੜਾ ਜਿਹਾ ਅੱਗੇ ਚੱਲਦੇ ਹਾਂ ਦਿੱਤੀ ਪਿੰਨ ਦੀ ਤੁਲ ਪਿੰਨ ਪਤਾ ਕਰਨੀ ਕਿਦਾਂ ਪਤਾ ਕਰਨੀ ਹੈ ਦੋ ਤਰੀਕੇ ਹਨ ਇੱਕ ਕੱਪੜਾ ਡਾਇਗਰਾਮ ਨਾਲ ਵੀ ਪਤਾ ਕਰ ਸਕਦੇ ਹਾਂ ਇੱਕ ਮੈਥਮੈਟਿਕਲ ਤਰੀਕਾ ਡਾਇਗਰਾਮ ਵਾਲਾ ਤਰੀਕਾ ਛੋਟੇ ਸਵਾਲਾਂ ਲਈ ਠੀਕ ਹੁੰਦਾ ਮੈਂ ਦੱਸ ਰਿਹਾ ਪਰ ਆਪਾਂ ਮੈਥਮੈਟਿਕਲ ਤਰੀਕਾ ਵੀ ਗਣਿਤਕ ਤਰੀਕਾ ਵੀ ਜਰੂਰ ਦੇਖਾਂਗੇ ਦੇਖੋ ਮੈਂ ਦੋ ਡਾਇਗਰਾਮ ਲਈਆਂ ਤੁਸੀਂ ਦੇਖ ਸਕਦੇ ਹੋ ਸੇਮ ਲਈਆਂ ਬਿਲਕੁਲ ਪਹਿਲੇ ਦੇ ਵਿੱਚ ਵੀ ਛੇ ਪੋਰਸ਼ਨ ਤੁਹਾਡੇ ਕੋਲ ਕੀ ਹਨ ਕਲਣ ਹਨ ਦੂਸਰੇ ਵਿੱਚ ਵੀ ਛੇ ਕਲਣ ਹਨ ਦੋ ਕਲਣ ਨਹੀਂ ਹਨ ਸੋ ਪਹਿਲੇ ਦੇ ਵਿੱਚ ਕਿੰਨ ਕੀ ਪ੍ਰਾਪਤ ਹੋਏਗੀ ਦੂਸਰੇ ਨੂੰ ਮੈਂ ਚਾਰ ਬਰਾਬਰ ਭਾਗਾਂ ਵਿੱਚ ਵੰਡ ਲਿਆ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਲਾਈਨਾਂ ਲਗਾਈਆਂ ਹਨ ਲਗਾ ਕੇ ਮੈਂ ਚਾਰ ਬਰਾਬਰ ਭਾਗਾਂ 'ਚ ਵੰਡ ਲਿਆ ਹੈ ਤਾਂ ਚਾਰ ਬਰਾਬਰ ਭਾਗਾਂ 'ਚ ਵੰਡਣ ਤੋਂ ਬਾਅਦ ਹੁਣੇ ਚਾਰ ਭਾਗ ਹਨ ਇਧਰ ਪੂਰੇ 8 ਭਾਗ ਦਿਖ ਰਹੇ ਹਨ 8ਾਂ 'ਚੋਂ ਪਹਿਲੇ ਦੇ ਵਿੱਚ 6 ਕਲਰ ਹਨ ਤਾਂ ਤੁਹਾਡੀ ਪਿੰਨ ਕਿਹੜੀ ਪ੍ਰਾਪਤ ਹੋਏਗੀ ਬਿਲਕੁਲ ਸਹੀ ਬਿਲਕੁਲ 6/8 8ਾਂ 'ਚੋਂ 6 ਤਾਂ 6/8 ਦੂਜੇ ਕੇਸ ਦੇ ਵਿੱਚ ਮੇਰੇ ਹੁਣ 8 ਨਹੀਂ ਹਨ ਚਾਰ ਭਾਗ ਹਨ 1 2 3 4 ਚਾਰ ਦੇ ਵਿੱਚੋਂ ਪਹਿਲਾ ਦੂਜਾ ਤੇ ਤੀਜਾ ਇਹ ਕਲਰ ਹਨ ਚੌਥਾ ਨਹੀਂ ਹੈ ਤਾਂ ਫਿਰ ਪਿੰਨ ਕਿਹੜੀ ਪ੍ਰਾਪਤ ਹੋਏਗੀ ਆਪਣੇ ਕੋਲੇ 3/4 ਸੋ ਆ ਪਹਿਲੇ ਦੇ ਵਿੱਚ 6/8 ਦੇ ਤੁਲ ਪਿੰਨ ਕਿਹੜੀ ਪਿੰਨ ਹੈ ਆਪਣੇ ਕੋਲੇ 3/4 6/8 ਸੀ ਮੈਂ ਪਰ ਉਹਨੂੰ ਚਾਰ ਬਰਾਬਰ ਭਾਗਾਂ 'ਚ ਵੰਡ ਕੇ 3/4 ਬਣਾ ਲਿਆ ਪਰ ਜੇ 13 ਹੁੰਦਾ 7 ਹੁੰਦਾ ਤਾਂ ਮੈਨੂੰ ਉਹਨੂੰ ਬਰਾਬਰ ਭਾਗਾਂ 'ਚ ਵੰਡਣਾ ਸ਼ਾਇਦ ਮੁਸ਼ਕਲ ਹੋ ਜਾਂਦਾ ਮੇਰੇ ਲਈ ਠੀਕ ਹੈ ਹੋਰ ਵੱਡੀ ਸੰਖਿਆ ਹੁੰਦੀ ਤਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਸੋ ਇਸ ਲਈ ਆਪਾਂ ਗਣਿਤਕ ਤਰੀਕਾ ਦੇਖ ਲਈਏ ਤਾਂ ਗਣਿਤਕ ਤਰੀਕਾ ਆਪਾਂ ਦੇਖਦੇ ਹਾਂ ਦਿੱਤੀ ਪਿੰਨ ਦੀ ਤੁਲਪਿੰ ਪਤਾ ਕਰੋ ਤਾਂ ਕਿੱਦਾਂ ਪਤਾ ਕਰਾਂ ਇੱਕ ਵਟਾ 3 ਦੀ ਤੁਲਪਿੰ ਪਤਾ ਕਰਕੇ ਦੇਖਦੇ ਗਣਿਤਕ ਤਰੀਕੇ ਨਾਲ ਕਿਵੇਂ ਆਏਗੀ ਤਿੰਨ ਚੋਂ ਇੱਕ ਭਾਗ ਲੈ ਕੇ ਆਪਾਂ ਕਰ ਸਕਦੇ ਸੀ ਪਰ ਪਮ ਮੈਥਮੈਟਿਕਲ ਦੇਖਾਂਗੇ ਕਿਸ ਤਰ੍ਹਾਂ ਹੋਏਗਾ ਸੋ ਮੈਂ ਇੱਕ ਨੂੰ ਵੀ ਦੋ ਨਾਲ ਗੁਣਾ ਕਰ ਲਿਆ ਤੇ ਤਿੰਨ ਨੂੰ ਵੀ ਦੋ ਨਾਲ ਗੁਣਾ ਕਰ ਲਿਆ 1/3 ਸੀ ਦੋ ਦੋ ਨਾਲ ਗੁਣਾ ਕਰ ਲਿਆ ਕਿੰਨਾ ਆਏਗਾ ਬੱਚਿਆਂ ਨੂੰ ਪਹਾੜੇ ਆਉਂਦੇ ਹਨ ਗੁਣਾ ਕਰ ਲਿਆ ਹੋਵੇਗਾ ਸਭ ਨੇ ਕਿੰਨਾ ਪ੍ਰਾਪਤ ਹੋਏਗਾ 2/6 ਸੋ ਤਿੰਨ ਚੋਂ ਇੱਕ ਤੀਜਾ ਹਿੱਸਾ 6 12 ਤਾਂ ਵੀ ਤਿੱਜਾ ਸੋ 1 ਵਡਾ 3 ਦੇ ਤੁਲਪិន 1 ਕਲਬ ਦੀ ਹੋਰ ਵੀ ਲੱਗ ਸਕਦੇ ਆਪਾਂ 3 ਨਾਲ ਗੁਣਾ ਕਰ ਲਿਓ 3 ਨਾਲ ਗੁਣਾ ਕੀਤਾ ਤਾਂ 1 3 ਤੇ 3 3 ਕਿੰਨਾ ਆ ਗਿਆ ਆਪਣੇ ਕੋਲੇ ਵੈਰੀ ਗੁੱਡ 3 9 ਸੋ ਸਭ ਨੇ ਗੁਣਾ ਕਰ ਲਿਆ 3 9 9 ਚੋਂ 3 ਹਿੱਸੇ ਤੀਜਾ ਹਿੱਸਾ ਹੀ ਹੈ ਸੋ ਇਹ ਵੀ ਤੁਲਪិន ਆ ਗਈ ਹੋਰ ਵੀ ਗੁਣਾ ਕਰ ਸਕਦੇ ਮੈਂ 4 ਨਾਲ ਗੁਣਾ ਕੀਤਾ ਤੁਸੀਂ ਕਿਸੇ ਹੋਰ ਨੰਬਰ ਨਾਲ ਵੀ ਗੁਣਾ ਕਰ ਸਕਦੇ ਆਂ ਤੁਸੀਂ ਜਿਹੜੇ ਮਰਜ਼ੀ ਨੰਬਰ ਨਾਲ ਗੁਣਾ ਕਰ ਸਕਦੇ ਆ ਤੇ ਤੁਹਾਨੂੰ ਭਿੰਨ ਪ੍ਰਾਪਤ ਹੋਏਗੀ 0 ਨਾਲ ਨਾ ਗੁਣਾ ਕਰੋ ਫਿਰ 0 ਆ ਜਾਏਗੀ ਤਾਂ 1 4 3 4 ਤਾਂ ਕਿੰਨਾ ਆਏਗਾ ਆਪਣੇ ਕੋਲੇ 4 12 ਸੋ ਇਹ ਵੀ ਤੁਲਪਿੰਨ ਹੈ ਇਹ ਤਿੰਨੋਂ ਕਿਨੂੰ ਤੁਲਪਿੰਨ ਹਨ 1 3 ਕਿਉਂਕਿ ਅਸੀਂ 1 3 ਨਾਲ ਗੁਣਾ ਕਰਕੇ ਹੀ ਪ੍ਰਾਪਤ ਕੀਤਾ ਸੋ ਜੇ ਆਪਾਂ ਕਿਸੇ ਭਿੰਨ ਨਾਲ ਕੋਈ ਤੁਲ ਭਿੰਨ ਪ੍ਰਾਪਤ ਕਰਨੀ ਹੋਵੇ ਤਾਂ ਤੁਸੀਂ ਕਿਸੇ ਵੀ ਨੰਬਰ ਨਾਲ ਉੱਪਰ ਥੱਲੇ ਗੁਣਾ ਕਰੋ ਤੁਹਾਨੂੰ ਤੁਲ ਭਿੰਨ ਪ੍ਰਾਪਤ ਹੋਏਗੀ ਇਹ ਮੈਥਮੈਟਿਕਲ ਤਰੀਕਾ ਹੈ ਗਣਿਤਿਕ ਤਰੀਕਾ ਸੋ ਜ਼ਰੂਰੀ ਤਾਂ ਨਹੀਂ ਹੈ ਕਿ ਗੁਣਾ ਹੀ ਕੀਤਾ ਜਾਵੇ ਭਾਗ ਵੀ ਕਰ ਸਕਦੇ ਹਾਂ ਜੇ ਕੋਈ ਸੰਖਿਆ ਭਾਗ ਹੋ ਰਹੀ ਹੈ ਉਹਦਾ ਥੱਲੇ ਰੂਪ ਆ ਜਾਏਗਾ ਛੋਟਾ ਰੂਪ ਆ ਜਾਏਗਾ ਤਾਂ ਉਹ ਵੀ ਤੁਲਪਨ ਹੋਏਗੀ ਤਾਂ 12/18 ਦੀ ਮੈਂ ਤੁਲਪਨ ਲੱਭ ਰਿਹਾ ਪਰ ਮੈਂ ਇਸ ਵਾਰ ਗੁਣਾ ਵਾਲਾ ਤਰੀਕਾ ਨਹੀਂ ਅਪਣਾ ਰਿਹਾ ਗੁਣਾ ਵਾਲਾ ਤਰੀਕਾ ਵੀ ਬੱਚਾ ਅਪਣਾ ਸਕਦਾ ਕੋਈ ਕਹਿੰਦਾ ਬੱਚਾ ਕਹਿੰਦਾ ਸਰ 12 ਨੂੰ 2 ਨਾਲ ਗੁਣਾ ਕੀਤਾ 18 ਨੂੰ 2 ਨਾਲ ਗੁਣਾ ਕੀਤਾ ਠੀਕ ਹੈ ਤੇ ਮੇਰਾ ਆ ਗਿਆ ਜੀ 24/36 ਕੀ ਇਹ ਤੁਲਪੇਨ ਨਹੀਂ ਹੈਗੀ ਬਿਲਕੁਲ ਸਹੀ ਹੈ ਬਟ ਬਿਲਕੁਲ ਸਹੀ ਹੈ ਇਹ ਤੁਲਪੇਨ ਹੈਗੀ ਪਰ ਕੁਝ ਸਵਾਲ ਇਸ ਤਰ੍ਹਾਂ ਦੇ ਐਕਸਰਸਾਈਜ਼ ਦੇ ਵਿੱਚ ਹਨ ਕਿ ਤੁਹਾਨੂੰ ਭਾਗ ਕਰਨ ਦੀ ਵੀ ਲੋੜ ਪੈ ਸਕਦੀ ਹੈ ਸੋ ਆਪਾਂ ਇੱਕ ਹੋ ਵੀ ਦੇਖ ਲਈਏ 12/18 ਦੀ ਤੁਲਪੇਨ ਪਤਾ ਕਰੋ 12 ਨੂੰ ਮੈਂ 2 ਨਾਲ ਭਾਗ ਕੀਤਾ ਤੇ 18 ਨੂੰ ਵੀ 2 ਨਾਲ ਭਾਗ ਕੀਤਾ 12 ਨੂੰ 2 ਨਾਲ ਭਾਗ ਕੀਤਾ ਤਾਂ ਕਿੰਨਾ ਆਏਗਾ ਸ਼ਾਬਾਸ਼ ਸਾਰੇ ਬੱਚੇ ਨੇ ਕਰ ਲਿਆ ਹੋਵੇਗਾ 6 ਤੇ 18 ਨੂੰ ਜੇ 2 ਨਾਲ ਭਾਗ ਕਰੀਏ ਤਾਂ ਕਿੰਨਾ ਆਏਗਾ ਆਪਣੇ ਕੋਲ ਨੋ ਵੈਰੀ ਗੁੱਡ ਸੋ ਕਿਹੜੀ ਪਿੰਨ ਤੁਹਾਨੂੰ ਪ੍ਰਾਪਤ ਹੋਈ 6 ਵਟਾ 9 6 ਵਟਾ 9 ਮੈਂ ਦੋ ਨਾਲ ਭਾਗ ਕੀਤਾ ਕਿਸੇ ਬੱਚੇ ਦੇ ਮਾਈਂਡ ਚ ਆਇਆ ਹੋਵੇਗਾ ਕਿ ਸਰ ਤਿੰਨ ਨਾਲ ਵੀ ਭਾਗ ਹੁੰਦਾ ਹੈ ਤਾਂ ਫਿਰ ਤਿੰਨ ਨਾਲ ਕਰ ਲੈਨੇ ਆਜੋ ਤਾਂ 12 ਨੂੰ ਜੇ ਤਿੰਨ ਨਾਲ ਭਾਗ ਕਰੀਏ ਤੇ 18 ਨੂੰ ਵੀ ਤਿੰਨ ਨਾਲ ਸਮਾਨ ਨਾਲ ਕਰਨਾ ਹੈ ਨਹੀਂ ਤਾਂ ਤੁਹਾਡੀ ਪਿੰਨ ਤੁਲ ਨਹੀਂ ਹੋਏਗੀ ਕਿਸੇ ਵੀ ਹਾਲ ਦੇ ਵਿੱਚ ਸਮਾਨ ਨਾਲ ਹੀ ਗੁਣਾ ਕਰਨਾ ਹੁੰਦਾ ਹੈ ਆਪਾਂ ਦੇਖਿਆ ਸੀਗਾ ਤੇ ਸਮਾਨ ਨਾਲ ਹੀ ਕੀ ਕਰਨਾ ਹੁੰਦਾ ਭਾਗ ਕਰਨਾ ਹੁੰਦਾ ਸੋ 12 ਨੂੰ ਤਿੰਨ ਨਾਲ ਭਾਗ ਕੀਤਾ 18 ਨੂੰ 3 ਨਾਲ ਭਾਗ ਕੀਤਾ ਤਾਂ ਮੇਰੇ ਕੋਲ ਕਿੰਨਾ ਆ ਗਿਆ ਆਪਣੇ ਕੋਲੇ ਬਰਾਬਰ 12 ਨੂੰ 3 ਨਾਲ ਭਾਗ ਕੀਤਾ 4 18 ਨੂੰ 3 ਨਾਲ ਭਾਗ ਕੀਤਾ 6 ਤਾਂ 4/6 ਜਿਹੜੀ ਪਿੰਨ ਉਹ ਵੀ ਤੁਲ ਪਿੰਨ ਆ ਗਈ ਠੀਕ ਹੈ 6/9 ਤੁਲ ਪਿੰਨ ਆ ਗਈ ਸੀ 4/6 ਵੀ ਤੁਲਪਨ ਕਿਨੂੰ ਆ ਰਹੀ ਹੈ ਤੁਲਪੇ ਨੇ 12/18 ਵੈਰੀ ਗੁੱਡ ਸੋ ਕੋਈ ਹੋਰ ਵੀ ਹੈ ਸੰਖਿਆ ਜਿਹਨਾਂ ਨਾਲ ਭਾਗ ਕਰ ਸਕਦੇ ਹਾਂਜੀ ਬਿਲਕੁਲ 6 ਨਾਲ ਵੀ ਭਾਗ ਕਰ ਸਕਦੇ ਸੀ ਕਿਉਂਕਿ 6 ਨਾਲ ਵੀ ਪੂਰੀ ਪੂਰੀ ਵੰਡੀ ਜਾ ਰਹੀ ਹੈ ਸੋ 12 ਨੂੰ 6 ਨਾਲ ਭਾਗ ਕੀਤਾ 18 ਨੂੰ ਵੀ 6 ਨਾਲ ਭਾਗ ਕੀਤਾ ਤਾਂ ਤੁਹਾਡੇ ਕੋਲੇ ਕੀ ਪ੍ਰਾਪਤ ਹੋ ਰਿਹਾ 12 ਨੂੰ 6 ਨਾਲ ਭਾਗ ਕਰਦੇ ਆ 2 ਪ੍ਰਾਪਤ ਹੁੰਦਾ ਤੇ ਜੇ 18 ਨੂੰ 6 ਨਾਲ ਭਾਗ ਕਰਦੇ ਆ ਤਾਂ ਕਿੰਨਾ ਪ੍ਰਾਪਤ ਹੁੰਦਾ ਆਪਣੇ ਕੋਲੇ 3 ਪ੍ਰਾਪਤ ਹੁੰਦਾ ਸੋ 2/3 ਕਿੰਨਾ ਆਏਗਾ ਆਪਣੇ ਕੋਲੇ 2/3 ਆ ਗਿਆ ਸੋ ਇਹ 2/3 4/6 ਤੇ 6/9 ਇਹ ਸਾਰੀਆਂ ਤੁਲਪਿੰਨਾਂ ਹਨ ਕਿਨੂੰ ਤੁਲਪਿੰਨ ਹਨ ਆਪਣੇ ਕੋਲੇ 12/18 ਨੂੰ ਇਹ ਵੀ ਜਿਹੜੀ 24/36 ਗੱਡੀ ਸੀ ਇਹ ਵੀ ਤੁਲਪੇ ਨਹੀਂ ਸੀ 12/18 ਰਹੀ ਸੋ ਅਸਤਰਾ ਪਤੁਲਪੈਨ ਪਤਾ ਕਰ ਸਕਦੇ ਭਾਗ ਨਾਲ ਵੀ ਕਰ ਸਕਦੇ ਸੋ ਇੱਕ ਸਵਾਲ ਕਰ ਲਈ ਆਪਾਂ ਚਲੋ ਸਵਾਲ ਕਰਦੇ ਆ ਤਾਂ ਮੈਂ ਜੋ ਤੁਹਾਨੂੰ ਗੱਲ ਕਹਿ ਰਿਹਾ ਸੀ ਐਕਸਰਸਾਈਜ਼ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਆ ਸਕਦੇ ਹਨ ਹੁਣ ਉਹ ਕਹਿੰਦਾ 2/5 ਦੀ ਤੁਲਪੈਨ ਪਤਾ ਕਰੋ ਜੇ ਇਕੱਲਾ ਉਹ ਆਹੀ ਕਹਿਣਦਾ ਕਿ ਤੁਲਪੈਨ ਪਤਾ ਕਰੋ ਸੋ ਬਹੁਤ ਸਾਰੇ ਬੱਚਿਆਂ ਨੇ ਫਿਰ ਫਟਾਫਟ ਕਹਿਣਾ ਸੀ ਵੀ ਸਰ 2/5 ਆ ਅਸੀਂ ਉੱਪਰ ਵੀ 2 ਗੁਣਾ ਕਰ ਦਿੰਨੇ ਆ ਥੱਲੇ ਵੀ 2 ਗੁਣਾ ਕਰ ਦਿੰਨੇ ਆ ਤੇ ਸਾਨੂੰ ਭਿੰਨ ਪ੍ਰਾਪਤ ਹੋਗੀ 4/10 ਪਰ ਇਸ ਕੁਐਸਚਨ ਦੇ ਵਿੱਚ ਇੱਕ ਜਿਹੜੀ ਮੇਨ ਗੱਲ ਸੀ ਤੁਸੀਂ ਦੇਖੋ ਜਿਸ ਦਾ ਅੰਸ਼ ਕਿੰਨਾ ਹੋਵੇ 6 ਰੈਸਟ੍ਰਿਕਸ਼ਨ ਲੱਗੀ ਤੁਹਾਡੇ ਤੇ ਕੀ ਲੱਗੀ ਤੁਹਾਡੇ ਤੇ ਜੀ ਆਪਣੇ ਕੋਲੇ ਰੈਸਟ੍ਰਿਕਸ਼ਨ ਜਿਸ ਦਾ ਅੰਸ਼ ਕਿੰਨਾ ਹੋਵੇ ਆਪਣੇ ਕੋਲੇ 6 ਸੋ ਅੰਸ਼ ਜਿਹੜਾ 6 ਆ ਉਹ ਲੈਉਣ ਲਈ ਹੁਣ ਤੁਹਾਨੂੰ ਪਤਾ ਪੈਨ ਕਿਦੇ ਬਰਾਬਰ ਹੁੰਦੀ ਹੈ ਅੰਸ਼ ਵਟਾ ਹਰ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ ਸੋ 2/5 ਦੇ ਮੈਂ ਉੱਪਰ ਕਿੰਨਾ ਲੈ ਕੇ ਆਉਣਾ ਅੰਸ਼ ਕਿੰਨਾ ਲੈ ਕੇ ਆਉਣਾ 6 ਸੋ 2 ਨੂੰ ਕਿਸ ਨੰਬਰ ਨਾਲ ਗੁਣਾ ਕਰਾਂ ਕਿ 6 ਪ੍ਰਾਪਤ ਹੋਊਗਾ ਵੈਰੀ ਗੁੱਡ ਪਾੜੇ ਆਉਂਦੇ ਹਨ ਬੱਚਿਆਂ ਨੂੰ ਦੋਨੋਂ ਕਾਹ ਨਾਲ ਗੁਣਾ ਕਰਾਂਗੇ ਆਪਾਂ 3 ਨਾਲ ਗੁਣਾ ਕਰਾਂਗੇ ਤੇ ਥੱਲੇ 5 ਨੂੰ ਕਾਹ ਨਾਲ ਗੁਣਾ ਕਰਾਂਗੇ ਸੇਮ ਨੰਬਰ ਨਾਲ ਮੈਂ ਪਹਿਲਾਂ ਕਿਹਾ ਕਿ ਮੈਥਮੈਟਿਕਲੀ ਜੇ ਤੁਸੀਂ ਜੋ ਉੱਪਰ ਗੁਣਾ ਕਰਦੇ ਹਨ ਜਾਂ ਉੱਪਰ ਭਾਗ ਕਰਦੇ ਹਨ ਉਹਨਾਂ ਹੀ ਥੱਲੇ ਗੁਣਾ ਕਰਨਾ ਗਿਆ ਜਾਂ ਭਾਗ ਕਰਨਾ ਪਏਗਾ ਸੋ ਮੈਂ ਉੱਪਰ 3 ਗੁਣਾ ਕੀਤਾ ਤੇ ਥੱਲੇ ਵੀ 3 ਗੁਣਾ ਕਰਾਂ ਸੋ 2 3 ਕਿੰਨਾ ਆ ਗਿਆ 6 ਜੋ ਮੈਨੂੰ ਚਾਹੀਦਾ ਸੀ ਅੰਸ਼ ਇਹ ਮੇਰੀ ਮੇਨ ਚ ਗਲ ਸੀ ਕਿ ਅੰਸ਼ ਕਿੰਨਾ ਹਰ ਜਿੰਨਾ ਮਾ ਜਿ ਆ ਜਾਵੇ ਉਹਦਾ ਕੋਈ ਫਰਕ ਨਹੀਂ ਸਾਨੂੰ ਪਰ ਜੇ ਕੁਐਸਚਨ ਦੇ ਵਿੱਚ ਰਿਸਟ੍ਰਿਕਸ਼ਨ ਲੱਗੀ ਹੋਈ ਹੈ ਕਿ ਤੁਹਾਨੂੰ ਅੰਸ਼ ਜਾਂ ਹਰ ਇੰਨਾ ਹੀ ਚਾਹੀਦਾ ਹੈ ਤਾਂ ਫਿਰ ਤੁਹਾਨੂੰ ਉਸੇ ਨੰਬਰ ਨਾਲ ਗੁਣਾ ਜਾਂ ਭਾਗ ਕਰਨਾ ਪਊਗਾ ਜਿਹਦੇ ਨਾਲ ਉਹ ਅੰਸ਼ ਜਾਂ ਹਰ ਬਣ ਰਿਹਾ ਹੈ ਤਾਂ ਇੱਥੇ ਉਹ ਕਿਹੜਾ ਨੰਬਰ ਸੀਗਾ 3 ਤਾਂ ਆਪਾਂ 3 ਨਾਲ ਗੁਣਾ ਕੀਤਾ ਤਾਂ ਆਪਾਂ ਨੂੰ ਉੱਪਰ 6 ਪ੍ਰਾਪਤ ਹੋਇਆ ਹਰ ਕਿੰਨਾ ਆ ਗਿਆ ਉਹਦਾ ਫਰਕ ਨਹੀਂ ਹੈ ਕਿਉਂਕਿ ਆਪਾਂ ਅੰਸ਼ 6 ਲੜੋਣਾ ਸੀਗਾ ਸੋ 6/15 ਤਲਪਨ ਹੈ ਬਟ ਉਹ ਤਲਪਨ ਹੈ ਜਿਹੜੀ ਉਹ ਚਾਹੁੰਦਾ ਹੈ ਅੰਸ਼ 6 ਹੋਵੇ ਆਪਣੇ ਕੋਲ ਤਾਂ ਐਦਾਂ ਹੋ ਸਕਦਾ ਹਰ ਤੇ ਵੀ ਆ ਸਕਦਾ ਕੁਐਸਚਨ ਕੀ ਆਪਾਂ ਇੱਕ ਹਰ ਵਾਲਾ ਕੁਐਸਚਨ ਵੀ ਕਰ ਲਈਏ 15/35 ਦੀ ਅਜਿਹੀ ਤੁਲ ਪੈਣ ਪਤਾ ਕਰੋ ਜਿਸ ਦਾ ਹਰ ਕਿੰਨਾ ਹੋਵੇ ਆਪਣੇ ਕੋਲੇ 7 ਹੋਵੇ 15/ ਕੋਈ ਬੱਚਾ ਕਹਿੰਦਾ ਸਰ 15/35 ਨੂੰ ਜੇ ਮੈਂ ਛੋਟੇ ਤੋਂ ਛੋਟੇ ਨੰਬਰ ਨਾਲ ਵੀ ਗੁਣਾ ਕਰਾਂ 2 ਨਾਲ ਗੁਣਾ ਕਰਾਂ ਤਾਂ ਵੀ ਸਰ 30/70 ਪ੍ਰਾਪਤ ਹੋ ਰਿਹਾ ਤਾਂ ਸੰਤਾ 7 ਚਾਹੀਦਾ ਹਰ ਕਿੰਨਾ ਚਾਹੀਦਾ ਸਾਨੂੰ 7 ਇਹਦਾ ਮਤਲਬ ਗੁਣਾ ਕਰਕੇ ਨਹੀਂ ਸਵਾਲ ਆਉਣਾ ਹੈ ਜੇ ਆਪਾਂ ਛੋਟਾ ਲਿਆਉਣਾ ਹੋਵੇ ਤਾਂ ਭਾਗ ਕਰਨਾ ਪੈਂਦਾ ਕਿਸੇ ਨੂੰ ਜੇ ਆਪਣੇ ਆਪ ਚ ਚੀਜ਼ਾਂ ਵੰਡਣੀਆਂ ਹੋਣ ਤਾਂ ਫਿਰ ਵੰਡਣਾ ਹੀ ਪੈਂਦਾ ਭਾਗ ਕਰਨਾ ਪੈਂਦਾ ਠੀਕ ਆ ਵਧਾਉਣੀਆਂ ਹੋਣ ਤਾਂ ਗੁਣਾ ਕਰਨਾ ਪੈਂਦਾ ਸੋ ਇਸ ਕਰਕੇ ਜੇ 15 ਵਟਾ 35 ਲੈ ਰਹੇ ਹਾਂ ਅਸੀਂ 15 ਵਟਾ 35 ਸੋ 35 ਦਾ 7 ਕਿੱਦਾਂ ਬਣੇਗਾ ਕੌਣ ਦੱਸੇਗਾ ਯੈਸ ਬਹੁਤ سارے ਬੱਚੇ ਬੋਲ ਚੁੱਕੇ ਹੋਣਗੇ ਤਾਂ ਪਹਾੜਿਆਂ ਦੇ ਵਿੱਚ 35 ਦੇ ਪਹਾੜੇ 'ਚ ਧਿਆਨ ਦਿਓ ਤਾਂ ਜੇ ਇਹਨੂੰ 35 ਨੂੰ ਅਸੀਂ 5 ਤੇ ਭਾਗ ਕਰ ਦਈਏ ਤਾਂ 5 7 35 ਸੱਤ ਥੱਲੇ ਆ ਜਾਏਗਾ ਹਰ ਸੱਤ ਆ ਜਾਏਗਾ ਪਰ ਇਹ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਜਿੰਨਾ ਤੁਸੀਂ ਥੱਲੇ ਭਾਗ ਕਰੋਗੇ ਉਨਾ ਹੀ ਤੁਹਾਨੂੰ ਉੱਪਰ ਵੀ ਭਾਗ ਕਰਨਾ ਪਏਗਾ ਸੋ ਜੇ 15 ਨੂੰ 5 ਨਾਲ ਭਾਗ ਕਰੀਏ ਤਾਂ ਕਿੰਨਾ ਆਏਗਾ ਜੇ 15 ਨੂੰ 5 ਨਾਲ ਭਾਗ ਕਰਦੇ ਹਾਊ ਮਚ ਯੂ ਗੈਟ ਕਿੰਨਾ ਤੁਹਾਨੂੰ ਮਿਲੇਗਾ ਆਪਣੇ ਕੋਲੇ ਵਸ ਪਾੜੇ ਬੱਚਿਆਂ ਨੂੰ ਹਨ 5 3 15 ਉੱਪਰ 3 ਆ ਗਿਆ ਤੇ ਥੱਲੇ 35 ਨੂੰ 5 ਨਾਲ ਤਾਂ ਅਸੀਂ ਲਿਆ ਸੀ ਕਿਉਂਕਿ ਅਸੀਂ ਹਰ ਸੱਤ ਚਾਹੁੰਦੇ ਸੀ ਤਾਂ 5 7 35 ਹਰ ਕਿੰਨਾ ਆ ਗਿਆ ਆਪਣੇ ਕੋਲੇ 7 ਆ ਗਿਆ ਸੋ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਗੁਣਾ ਹੀ ਹੀ ਕਰਨਾ ਜ਼ਰੂਰੀ ਨਹੀਂ ਹੈਗਾ ਭਾਗ ਵੀ ਕੀਤਾ ਜਾ ਸਕਦਾ ਹੈ ਤੇ ਇਹ ਤੁਹਾਡੇ ਜਿਹੜੇ ਅਭਿਆਸ ਆ ਉਹਦੇ ਵਿੱਚ ਸਵਾਲ ਹੀ ਇਸ ਤਰ੍ਹਾਂ ਦੇ ਹਨ ਕਿ ਅੰਸ਼ ਇੰਨਾ ਹੋਵੇ ਹਰ ਇੰਨਾ ਹੋਵੇ ਸੋ ਤੁਹਾਨੂੰ ਦੇਖਣਾ ਪਏਗਾ ਉਸ ਅੰਸ਼ ਤੇ ਹਰ ਨੂੰ ਦੇਖ ਕੇ ਕਿ ਕਿੰਨੇ ਨਾਲ ਗੁਣਾ ਕਰਨਾ ਹੈ ਜਾਂ ਕਿੰਨੇ ਨਾਲ ਭਾਗ ਕਰਨਾ ਹੈ ਸੋ ਇਹ ਦੋ ਤਰ੍ਹਾਂ ਦੇ ਸਵਾਲ ਤੁਹਾਨੂੰ ਇਸ ਐਕਸਰਸਾਈਜ਼ ਦੇ ਵਿੱਚ ਜ਼ਰੂਰ ਮਿਲਣਗੇ ਜਿਹੜੀ 7.3 ਐਕਸਰਸਾਈਜ਼ ਹੈ ਵਿੱਚ ਅੰਸ਼ ਤੇ ਹਰ ਰੈਸਟ੍ਰਿਕਸ਼ਨ ਲੱਗੀ ਹੋਏਗੀ ਕਿ ਇਹੀ ਲੈ ਕੇ ਆਉਣਾ ਹੈ ਤਾਂ ਫਿਰ ਤੁਹਾਨੂੰ ਉਸ ਹਿਸਾਬ ਨਾਲ ਤੁਲਪਿੰਨ ਲੱਭਣੀ ਪੈਗੀ ਅੱਗੇ ਚੱਲਦੇ ਭਿੰਨਾਂ ਦਾ ਸਲਤਮ ਰੂਪ ਛੋਟਾ ਰੂਪ ਠੀਕ ਆ ਸਰਤਮ ਰੂਪ ਆਪਾਂ ਕਰਦੇ ਆ ਦੇਖੋ ਅਸੀਂ ਭਾਗ ਕਰ ਰਹੇ ਸੀ ਪਹਿਲਾਂ ਦੋ ਨਾਲ ਭਾਗ ਕੀਤਾ ਫਿਰ ਤਿੰਨ ਨਾਲ ਭਾਗ ਕੀਤਾ ਠੀਕ ਹੈ ਜਦੋਂ ਸਾਰਾ ਭਾਗ ਹੋ ਗਿਆ ਤਾਂ ਅਜਹੀ ਪਿੰਨ ਜਿਸ ਦੇ ਵਿੱਚ ਅੰਸ਼ ਅਤੇ ਹਰ ਵਿੱਚ ਇੱਕ ਤੋਂ ਇਲਾਵਾ ਹੁਣ ਹੋਰ ਕਿਸੇ ਨਾਲ ਭਾਗ ਨਾ ਹੋਵੇ ਬਸ ਇੱਕ ਰਹਿ ਜਾਵੇ ਇੱਕ ਨਾਲ ਹੀ ਭਾਗ ਹੁੰਦਾ ਹੋਵੇ ਅੰਸ਼ ਵੀ ਤੇ ਹਰ ਵੀ ਹੋਰ ਕੋਈ ਸਾਂਝਾ ਗੁਣਖੰਡ ਨਾ ਹੋਵੇ ਤਾਂ ਇਹੋ ਜੀ ਸਥਿਤੀ ਨੂੰ ਆਪਾਂ ਕੀ ਕਹਿੰਦੇ ਆ ਕਿ ਭਿੰਨ ਦਾ ਸਲਤਮ ਰੂਪ ਆ ਗਿਆ ਸਭ ਤੋਂ ਛੋਟਾ ਰੂਪ ਆ ਗਿਆ ਸੋ ਆਪਾਂ ਉਧਾਰ ਲੈਣੇ ਬੱਚਿਆਂ ਨੂੰ ਉਧਾਰ ਨੱਛੀਆਂ ਲੱਗਦੀਆਂ ਤਾਂ 24/30 ਦੀ ਮੈਂ ਭਿੰਨ ਦਾ ਸਲਤਮ ਰੂਪ ਦੇਖਣ ਲੱਗਾ ਵਾ ਸਭ ਤੋਂ ਛੋਟਾ ਰੂਪ ਦੇਖਣ ਲੱਗਾ ਤਾਂ 24/30 ਬੱਚੇ ਦੱਸ ਸਕਦੇ ਆ ਕਿਹਦੇ ਨਾਲ ਭਾਗ ਕਰ ਸਕਦੇ ਆ ਆਪਾਂ ਬੱਚਿਆਂ ਨੇ ਬਹੁਤ ਸਾਰੇ ਨੇ ਬੋਲ ਵੀ ਦਿੱਤਾ ਹੋਊਗਾ ਕਿ 24 ਤੇ 30 ਦੋਨੋਂ ਦੋ ਨਾਲ ਭਾਗ ਹੁੰਦੇ ਆ ਜੀ ਸੋ ਦੋ ਨਾਲ ਭਾਗ ਕਰੀਏ 24 ਨੂੰ ਦੋ ਨਾਲ ਭਾਗ ਕੀਤਾ 30 ਨੂੰ ਵੀ ਦੋ ਨਾਲ ਭਾਗ ਕੀਤਾ ਜਦੋਂ 24 ਨੂੰ ਦੋ ਨਾਲ ਭਾਗ ਕੀਤਾ ਤੇ 30 ਨੂੰ ਦੋ ਨਾਲ ਭਾਗ ਕੀਤਾ ਤਾਂ ਕਿੰਨਾ ਪ੍ਰਾਪਤ ਹੋਏਗਾ 24 ਨੂੰ 2 ਨਾਲ ਕੀਤਾ 12 30 ਨੂੰ 2 ਨਾਲ ਕੀਤਾ ਕਿੰਨਾ ਆਏਗਾ 15 ਸੋ ਕਿੰਨਾ ਪ੍ਰਾਪਤ ਹੋ ਗਿਆ ਆਪਣੇ ਕੋਲੇ 12/15 ਸੋ 12/15 ਤੁਹਾਡਾ ਬਰਾਬਰ ਆ ਗਿਆ 12/15 ਸੋ ਤੁਹਾਨੂੰ 12 ਕੀ 12 ਤੇ 15 ਹੁਣ ਇਹਨਾਂ ਦੇ ਵਿੱਚ ਕੋਈ ਸਾਂਝਾ ਗੁਣਕਣ ਨਹੀਂ ਹੈਗਾ ਕਿ ਇਹ ਦੋਨੋਂ ਕਿਸੇ ਹੋਰ ਭਾੜੇ ਤੇ ਨਹੀਂ ਜਾਂਦੇ ਜਾਂਦੇ ਆ ਹਲੇ ਵੀ 12 ਤੇ 15 ਇੱਕ ਭਾੜੇ ਤੇ ਜਾਂਦੇ ਆ ਬਹੁਤ ਸਾਰੇ ਬੱਚਿਆਂ ਨੇ ਕਰ ਵੀ ਲਿਆ ਹੋਊਗਾ ਸ਼ਾਇਦ ਠੀਕ ਹੈ ਸੋ 12 ਤੇ 15 ਕਿਹੜੇ ਭਾੜੇ ਤੇ ਜਾਂਦੇ ਆ ਬੱਚੋ 3 ਤੇ ਬਿਲਕੁਲ ਸਹੀ 12 ਵੀ 3 ਤੇ ਭਾਗ ਹੁੰਦਾ 15 ਵੀ 3 ਤੇ ਭਾਗ ਹੁੰਦਾ ਸੋ ਬਈ 12 ਨੂੰ 3 ਤੇ ਭਾਗ ਕੀਤਾ ਤੇ 15 ਨੂੰ 3 ਤੇ ਭਾਗ ਕੀਤਾ ਤਾਂ ਕਿੰਨਾ ਆ ਗਿਆ ਆਪਣੇ ਕੋਲੇ 4/5 ਵੈਰੀ ਗੁੱਡ 12 ਨੂੰ 3 ਤੇ ਭਾਗ ਕੀਤਾ ਤਾਂ 3 ਚੋਕੇ 12 15 ਨੂੰ 3 ਤੇ ਭਾਗ ਕੀਤਾ ਤਾਂ 3 5 ਕਿੰਨਾ ਆ ਗਿਆ ਆਪਣੇ ਕੋਲੇ 15 ਆ ਗਿਆ ਸੋ 4/5 ਸਭ ਤੋਂ ਸਰਲ ਰੂਪ ਆ ਗਿਆ ਕਿ 4 ਤੇ 5 ਹੁਣ ਕਿਸੇ ਹੋਰ ਤੇ ਭਾਗ ਹੁੰਦੇ 4 ਕੇ ਤੇ ਭਾਗ ਹੁੰਦਾ ਜਾਂ 5 ਕੇ ਤੇ ਭਾਗ ਹੁੰਦਾ ਇੱਕ ਤੇ ਹੀ ਹੁੰਦੇ ਆ ਹੋਰ ਕੋਈ ਸਾਂਝਾ ਗੁਣਖੰਡ ਨਹੀਂ ਹੈ ਸੋ ਇਹ ਸਭ ਤੋਂ ਸਰਲ ਰੂਪ ਆ ਗਿਆ ਛੋਟੀ ਰਕਮ ਸੀ 24/3 ਮੈਂ 2 ਤੇ ਭਾਗ ਕਰ ਲਿਆ 3 ਤੇ ਭਾਗ ਕਰ ਲਿਆ ਤੇ ਲੈ ਕੇ ਆ ਗਿਆ 4/5 ਪਰ ਹੋ ਸਕਦਾ ਇਸ ਤਰ੍ਹਾਂ ਦੀ ਰਕਮ ਹੋਵੇ ਜਿਹਦੇ ਵਿੱਚ 2 ਤੇ ਹੀ ਉਹ ਕਈ ਵਾਰ ਭਾਗ ਹੁੰਦਾ ਹੋਵੇ 3 ਤੇ ਹੀ ਕਈ ਵਾਰ ਭਾਗ ਹੁੰਦਾ ਹੈ ਤਾਂ ਇਹ ਕੋਈ ਸਹੀ ਤਰੀਕਾ ਨਹੀਂ ਹੈ ਜਿਹਦੇ ਨਾਲ ਅਸੀਂ ਆਪਣਾ ਸਵਾਲ ਕਰ ਸਕੀਏ ਟਾਈਮ ਕੰਜ਼ਿਊਮਿੰਗ ਹੋ ਸਕਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਗਣਿਤਕ ਤਰੀਕਾ ਹੋਣਾ ਚਾਹੀਦਾ ਤਾਂ ਇਸੇ ਸਵਾਲ ਨੂੰ ਦੁਬਾਰਾ ਕਰਦੇ ਹਾਂ ਦੇਖੋ ਆਓ ਇਸ ਸਵਾਲ ਨੂੰ ਦੁਬਾਰਾ ਕਰਦੇ ਹਾਂ 24/30 ਦੀ ਸਰਲਤਮ ਰੂਪ ਲੱਭਣਾ ਤਾਂ ਤਰੀਕਾ ਕੀ ਹੈ ਤੁਸੀਂ 24 ਤੇ 30 ਦਾ ਮਾਸਾਵਾਂ ਲੱਭੋ ਮਾਸਾਵਾਂ ਬੱਚਿਆਂ ਨੂੰ ਆਉਂਦਾ ਲੋਪ ਕਰਕੇ ਦੇਖ ਲਿਓ 24 ਦੇ ਗੁਣਖੰਡ ਬਣਾਏ 2 2 4 2 8 3 4 30 ਦੇ ਬਣਾਏ 2 3 6 5 3 ਬਹੁਤ ਸਾਰੇ ਬੱਚਿਆਂ ਨੂੰ ਮਾਸਾਵਾਂ ਪਹਿਲਾਂ 3rd ਚੈਪਟਰ ਚ ਕਰਕੇ ਆਏ ਤਾਂ ਮਾਸਾਵਾਂ ਲੱਭ ਲਿਆ ਹੁਣ ਤਾਂ ਮਾਸਾਵਾਂ ਕਿੰਨਾ ਆ ਗਿਆ ਆਪਣੀ ਕੋ ਇੱਥੇ ਇਹ ਆ ਗਿਆ ਇੱਕ ਦੂਆ ਸਾਂਝਾ ਦੇਖ ਸਕਦੇ ਆ ਇੱਕ ਤੀਆ ਸਾਂਝਾ ਸੋ ਮਾਸਾਵਾ ਕਿੰਨਾ ਆ ਰਿਹਾ ਆਪਣੇ ਕੋਲੇ 6 ਆ ਰਿਹਾ ਸੋ ਮਾਸਾਵਾ ਕਿੰਨਾ ਆ ਗਿਆ ਬੱਚੇ ਆਪਣੇ ਕੋਲੇ 24 ਤੇ 30 ਦਾ 6 ਤਾਂ ਉਹ ਵੱਡੀ ਤੋਂ ਵੱਡੀ ਸੰਖਿਆ ਜਿਨ੍ਹਾਂ ਨਾਲ ਜਿਹੜੀ ਦੋਨਾਂ ਨੂੰ ਭਾਗ ਕਰੂਗੀ 24 ਤੇ 30 ਨੂੰ ਭਾਗ ਕਰੂਗੀ ਉਹ ਕਿਹੜੀ ਆ 6 ਆ ਸੋ ਜਦੋਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਲੱਭ ਲਈ 6 ਤਾਂ ਸਾਨੂੰ ਛੋਟੀਆਂ ਸੰਖਿਆ ਨਾਲ ਭਾਗ ਕਰਨ ਦੀ ਲੋੜ ਨਹੀਂ ਸੋ ਹੁਣ ਮੈਂ ਡਾਇਰੈਕਟਲੀ ਜਦੋਂ ਸਵਾਲ ਕਰੂੰਗਾ ਮੈਂ 24 ਨੂੰ ਕਿਸੇ ਦੋ ਨਾਲ ਜਾਂ ਕਿਸੇ ਤਿੰਨ ਨਾਲ ਭਾਗ ਨਹੀਂ ਕਰੂੰਗਾ ਬਲਕਿ ਸਿੱਧਾ ਕਿਹਦੇ ਨਾਲ ਭਾਗ ਕਰੂੰਗਾ 6 ਨਾਲ ਭਾਗ ਕਰੂੰਗਾ 20 ਨੂੰ 6 ਨਾਲ ਭਾਗ ਕੀਤਾ 30 ਨੂੰ 6 ਨਾਲ ਭਾਗ ਕੀਤਾ ਦੋਨਾਂ ਨੂੰ ਭਾਗ ਕੀਤਾ 24 ਨੂੰ 6 ਨਾਲ ਭਾਗ ਕਰਦੇ ਕਿੰਨਾ ਪ੍ਰਾਪਤ ਹੋਏਗਾ ਤੁਹਾਨੂੰ 4 ਤੇ 30 ਨੂੰ 6 ਨਾਲ ਭਾਗ ਕਰਦੇ ਕਿੰਨਾ ਪ੍ਰਾਪਤ ਹੋਏਗਾ ਆਪਣੇ ਕੋਲੇ 5 ਪਹਿਲਾਂ ਵੀ 4/5 ਆਇਆ ਸੀਗਾ ਇਹ ਸਲਤ ਰੂਪ ਸੀਗਾ 4 ਤੇ 5 ਹੁਣ ਦੋਨੋਂ ਸਿਰਫ 1 ਤੇ ਭਾਗ ਹੁੰਦੇ ਆ ਹੋਰ ਕਿਸੇ ਨੰਬਰ ਤੇ ਭਾਗ ਨਹੀਂ ਹੁੰਦੇ ਇਸ ਲਈ ਸਭ ਤੋਂ ਸਰਲ ਰੂਪ ਜਿਹੜਾ 24/30 ਦਾ ਕੀ ਹੈ 4/5 ਪਰ ਹੁਣ ਸਾਨੂੰ ਬਾਰ-ਬਾਰ ਅਲੱਗ-ਅਲੱਗ ਸੰਖਿਆਵਾਂ ਨਾਲ ਭਾਗ ਨਹੀਂ ਕਰਨਾ ਪਿਆ ਬਲਕਿ ਮੈਂ ਇੱਕੋ ਸੰਖਿਆ ਨਾਲ ਵੱਡੀ ਤੋਂ ਵੱਡੀ ਸੰਖਿਆ ਨਾਲ ਭਾਗ ਕੀਤਾ ਜਿਹੜੀ ਇਹਨਾਂ ਦੋਨਾਂ ਨੂੰ ਭਾਗ ਕਰ ਰਹੀ ਸੀ 6 ਤਾਂ ਉਹਦੇ ਲਈ ਤੁਹਾਨੂੰ ਮਾਸਵਨ ਹਮੇਸ਼ਾ ਲੱਭਣਾ ਪਏਗਾ ਲੋ ਇੱਕ ਸਵਾਲ ਆਪਾਂ ਉਹਦਾ ਅਨਹੋਰ ਕਰਕੇ ਦੇਖਦੇ ਹਾਂ ਜਿਵੇਂ 48 ਇਹ 2 ਨਾਲ ਹੀ ਕਈ ਵਾਰ ਭਾਗ ਹੁੰਦਾ ਤਾਂ ਆਪਾਂ ਇੱਕ ਸਵਾਲ ਕਰਦੇ ਹਾਂ 48 ਤੇ 60 ਦਾ ਮਾਸਵਨ ਲੱਭਦੇ ਹਾਂ ਠੀਕ ਹੈ ਤਾਂ ਚੁਰ ਕਰੀਏ 48 ਦਾ ਮਾਸਵਨ ਕਿੰਨਾ ਹੋਊਗਾ ਸ਼ਾਬਾਸ਼ ਬੱਚਿਆਂ ਨੇ ਕਰ ਲਿਆ ਹੋਊਗਾ ਅੜਤਾੜੀ ਦੇ ਗੁਣਖਣ ਦੇਖੇ ਕਿੰਨੇ ਬਣਦੇ 2 2 4 2 8 2 16 3 48 ਬਾੜੇ ਬੱਚੇ ਨੂੰ ਆਉਂਦਿਆਂ ਸੋ ਇਹ ਬਣ ਗਏ 60 ਦੇ ਕੀ ਬਣ ਰਿਹਾ 2 3 6 2 12 ਪਾਜਾ 60 ਲੋ ਜੀ ਇਹ ਗੁਣਖਣ ਬਣ ਗਏ 60 ਦੇ 2 3 6 212 560 ਸੋ ਕਿੰਨੇ ਤੁਹਾਡੇ ਕੋਲੇ ਮਾਸਾ ਵਾ ਕਿੰਨਾ ਆਊਗਾ ਬਈ ਮਾਸਾ ਵਾ ਚੈੱਕ ਕਰਦੇ ਮਾਸਾ ਵਾ ਮਾਸਾ ਵਾ ਕਿੰਨਾ ਆ ਗਿਆ ਆਪਣੇ ਕੋਲੇ ਸ਼ਾਬਾਸ਼ ਬੱਚਿਓ ਨੂੰ ਪਤਾ ਲੱਗ ਗਿਆ ਹੈ ਮਾਸਾ ਵਾ ਮਾਸਾ ਵਾ ਕਿੰਨਾ ਆ ਰਿਹਾ ਆਪਣੇ ਕੋਲੇ ਇੱਕ ਦੂਆ ਸੰਝ ਆ ਰਿਹਾ ਇੱਕ ਹੋਰ ਦੂਆ ਸੰਝ ਆ ਰਿਹਾ ਠੀਕ ਹੈ ਇੱਕ ਦੂਆ ਸੰਝ ਆ ਰਿਹਾ ਮੇਰੇ ਕੋਲ ਇੱਕ ਹੋਰ ਦੂਆ ਸੰਝ ਆ ਰਿਹਾ ਠੀਕ ਹੈ ਇੱਕ ਤੀਆ ਵੀ ਸੰਝ ਆ ਰਿਹਾ ਤੁਹਾਡੇ ਕੋਲ ਤੁਸੀਂ ਚੈੱਕ ਕਰ ਸਕਦੇ ਤੀਆ ਵੀ ਆ ਰਿਹਾ ਠੀਕ ਹੈ ਹੋਰ ਕੋਈ ਨੰਬਰ ਸੰਝ ਆ ਰਿਹਾ ਬੱਚੋ ਨਹੀਂ ਤੋ 2 2 4 3 ਕਿੰਨਾ ਆ ਗਿਆ ਆਪਣੇ ਕੋਲੇ 12 ਆ ਗਿਆ ਸੋ ਉਹ ਵੱਡੇ ਤੋਂ ਵੱਡਾ ਨੰਬਰ ਜਿਹਦੇ ਨਾਲ 48 ਤੇ 60 ਦੋਨੋਂ ਹੀ ਭਾਗ ਹੁੰਦੇ ਆ 48 ਵੀ ਭਾਗ ਹੁੰਦਾ 60 ਵੀ ਭਾਗ ਹੁੰਦਾ ਉਹ ਕਿਹੜਾ ਨੰਬਰ ਆ ਆਪਣੇ ਕੋਲੇ 12 ਤਾਂ ਆਓ ਕਰੀਏ ਫਿਰ ਚਲੋ 48 60 48 60 ਕੀ ਆ ਗਿਆ ਆਪਣੇ ਕੋਲੇ 48 ਨੂੰ 20 12 ਤੇ ਭਾਗ ਕਰਨਾ ਹੈ 60 ਨੂੰ ਵੀ 12 ਪਾ ਕਰਨਾ ਹੈ ਹਾਂਜੀ ਬੱਚੋ ਭਾਰੇ ਆਉਂਦੇ ਹਨ 12 ਦਾ ਤਾਂ 12 ਦਾ ਪਹਾੜਾ ਪੜਿਆ 48 ਨੂੰ ਜੇ 12 ਤੇ ਭਾਗ ਕਰਦੇ ਆ ਕਿੰਨਾ ਆਏਗਾ 12 ਚੌਕ 48 ਸ਼ਾਬਾਸ਼ ਜੇ 60 ਨੂੰ 12 ਤੇ ਭਾਗ ਕਰਦੇ ਆ ਤਾਂ ਫਿਰ 12 ਦਾ ਪਹਾੜਾ ਪੜ ਲਓ ਤਾਂ 12 5 60 ਤਾਂ ਜਿਹੜਾ ਸਰਲ ਰੂਪ 48 60 ਦਾ ਉਹ ਕਿਹੜਾ ਆਏਗਾ ਆਪਣੇ ਕੋਲੇ 4 5 ਜੇ ਤੁਸੀਂ ਇਕੱਲੇ ਇਕੱਲੇ ਭਾਗ ਕਰਦੇ ਪਹਿਲਾਂ 2 ਤੇ ਭਾਗ ਕਰਦੇ ਫਿਰ 2 ਤੇ ਭਾਗ ਕਰਦੇ ਫਿਰ 3 ਤੇ ਭਾਗ ਕਰਦੇ ਤਾਂ ਬਹੁਤ ਟਾਈਮ ਕੰਜ਼ਿਊਮਿੰਗ ਮੈਥਡ ਹੈ ਤੇ ਉਹ ਜੇ ਐਡਾ ਲੰਬਾ ਮੈਥਡ ਯੂਜ਼ ਕਰੋਗੇ ਤਾਂ ਗਲਤੀ ਹੋਣ ਦੇ ਵੀ ਪੂਰੇ ਪੂਰੇ ਚਾਂਸ ਆ ਤਾਂ ਇੱਥੇ ਆਪਾਂ ਹਮੇਸ਼ਾ ਹੀ ਗਰੀਫਾਈ ਕਰਾਂਗੇ ਆਪਣੇ ਕੋਲੇ ਜੇ ਸਰ ਲੂਪ ਕੱਢਣਾ ਵਾ ਤਾਂ ਦੋਨੋਂ ਜੜੀਆਂ ਵੀ ਸੰਖਿਆਵਾਂ ਹਨ ਉਹਨਾਂ ਦਾ ਮਾਸਵ ਲੱਭਾਂਗੇ ਤੇ ਉਹ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਮਾਸਵ ਆਏਗਾ ਆਪਣੇ ਕੋਲੇ ਉਹਦੇ ਨਾਲ ਆਪਾਂ ਭਾਗ ਕਰਾਂਗੇ ਤਾਂ ਆਪਾਂ ਨੂੰ ਸਲਤਮ ਰੂਪ ਪ੍ਰਾਪਤ ਹੋਏਗਾ ਅੱਗੇ ਚੱਲਦੇ ਹਾਂ ਅਗਲਾ ਟੌਪਿਕ ਹੈ ਸਮਾਨ ਪਿੰਨਾ ਲਾਈਕ ਫ੍ਰੈਕਸ਼ਨ ਲਾਈਕ ਫ੍ਰੈਕਸ਼ਨ ਕਿਹੜੀਆਂ ਹੁੰਦੀਆਂ ਹਨ ਬਰਾਬਰ ਹਰ ਵਾਲੀਆਂ ਜਿਨ੍ਹਾਂ ਦਾ ਥੱਲੇ ਹਰ ਕੀ ਹੈ ਬਰਾਬਰ ਹੋਵੇ ਉਹਨਾਂ ਨੂੰ ਕਿਹੜੇ ਪਿੰਨਾ ਕਹਿੰਦੇ ਆਪਾਂ ਸਮਾਨ ਪਿੰਨਾ ਮੈਂ ਇੱਕ ਉਦਾਹਰਣ ਲਈਏ ਦੇਖੋ ਲਾਈਕ ਫ੍ਰੈਕਸ਼ਨ ਕਹਿੰਦੇ ਆਪਾਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ 1/4 ਥੱਲੇ 4 ਹਰ 4 2/4 ਠੀਕ ਹੈ ਉਹਦਾ ਵੀ ਹਰ ਕੀ ਹੈ 4 3/4 ਉਹਦਾ ਵੀ ਕੀ ਹੈ ਹਰ ਆਪਣੇ ਕੋਲੇ 4 ਤਾਂ ਐਦਾਂ ਦੀਆਂ ਫ੍ਰੈਕਸ਼ਨ ਜਿਹਦੇ ਵਿੱਚ ਹਰ ਸਮਾਨ ਹੋਵੇ ਅੰਸ਼ ਕੋਈ ਵੀ ਹੋ ਸਕਦਾ ਠੀਕ ਹੈ ਨਾ ਪਰ ਹਰ ਸਮਾਨ ਹੋਵੇ ਇਦਾਂ ਦੀਆਂ ਪਿੰਨਾਂ ਨੂੰ ਕਿਹੜੀਆਂ ਪਿੰਨਾਂ ਕਹਿੰਦੇ ਆਪਾਂ ਸਮਾਨ ਪਿੰਨਾ ਜਾਂ ਲਾਈਕ ਫ੍ਰੈਕਸ਼ਨ ਲਾਈਕ ਫ੍ਰੈਕਸ਼ਨ ਬੋਲਦੇ ਆ ਜਿਨ੍ਹਾਂ ਦੇ ਵਿੱਚ ਹਰ ਡਿਨੋਮੀਨੇਟਰ ਸਮਾਨ ਹੋਵੇ ਆਪਣੇ ਕੋਲ ਅਗਲਾ ਦੇਖੋ ਆਪਣੇ ਕੋਲ ਅਸਮਾਨ ਪਿੰਨਾ ਅਨਲਾਈਕ ਤਾਂ ਬੱਸ ਬਹੁਤ سارے ਬੱਚਾ ਨੇ ਜੱਜੀ ਕਰ ਲਿਆ ਹੁਣ ਵੀ ਜੇ ਤੁਸੀਂ ਕਹਿ ਰਹੇ ਹੋ ਸਰ ਹਰ ਸਮਾਨ ਆ ਤਾਂ ਫਿਰ ਸਮਾਨ ਹੋ ਗਈਆਂ ਜੇ ਹਰ ਸਮਾਨ ਨਹੀਂ ਹੈਗਾ ਅਸਮਾਨ ਆ ਹਰ ਤਾਂ ਫਿਰ ਅਸਮਾਨ ਹੋਣਗੀਆਂ ਬਿਲਕੁਲ ਸਹੀ ਆ ਬੱਚੋ ਤੁਸੀਂ ਸਹੀ ਕਿਹਾ ਜਿੰਨਾ ਪਿੰਨਾ ਦੇ ਹਰ ਬਰਾਬਰ ਨਾ ਹੋਣ ਕੀ ਆ ਜਿੰਨਾ ਪਿੰਨਾ ਦੇ ਕੀ ਹੋ ਆਪਣੇ ਕੋਲੇ ਹਰ ਬਰਾਬਰ ਨਾ ਹੋਣ ਇਹਨਾਂ ਨੂੰ ਕਿਹੜੇ ਪਿੰਨਾ ਕਹਿੰਦੇ ਆ ਆਪਾਂ ਅਸਮਾਨ ਪਿੰਨਾ ਅਖਵਾਉਂਦੀਆਂ ਹਨ ਜਿਵੇਂ ਮੈਂ ਇੱਕ ਉਦਾਹਰਣ ਲਈ ਆ ਦੇਖੋ ਬੱਚੇ ਹਮੇਸ਼ਾ ਉਦਾਹਰਣ ਪਸੰਦ ਕਰਦੇ ਹਨ ਉਦਾਹਰਣ ਤੋਂ ਉਹਨਾਂ ਨੂੰ ਜਲਦੀ ਸਮਝ ਆ ਜਾਂਦਾ ਹੈ ਅਨਲਾਈਕ ਫ੍ਰੈਕਸ਼ਨ ਅਨਲਾਈਕ ਫ੍ਰੈਕਸ਼ਨ ਕੀ ਆ ਅਸਮਾਨ ਪਿੰਨਾ ਦੇਖੋ ਪਹਿਲੇ ਚ ਕੀਆ ਨੀਚੇ 1/2 ਥੱਲੇ 2 ਆ ਠੀਕ ਹੈ ਦੂਸਰੇ ਚ ਕੀਆ ਥੱਲੇ ਦੇਖੋ ਹਰ ਇਹਦਾ 2 ਆ ਦੂਸਰੀ ਦਾ ਹਰ ਕਿੰਨਾ ਆਪਣੇ ਕੋਲੇ 3 3 ਇਸ ਦਾ ਹਰ ਕਿੰਨਾ ਆਪਣੇ ਕੋਲ 4 ਇਹ ਸਮਾਨ ਨਹੀਂ ਇਹਨਾਂ ਨੂੰ ਕਿਹੜੇ ਪਿੰਨਾ ਬੋਲਦੇ ਆਪਾਂ ਅਸਮਾਨ ਪਿੰਨਾ ਅਸਮਾਨ ਪਿੰਨਾ ਠੀਕ ਹੈ ਹਰ ਸਮਾਨ ਨਹੀਂ ਹੋਣਾ ਚਾਹੀਦਾ ਅਨਸ਼ੋ ਹੋ ਸਕਦਾ ਸਮਾਨ ਹੋਵੇ ਕਈਆਂ ਦੇ ਵਿੱਚ ਅਨਸ਼ ਸਮਾਨ ਹੁੰਦੇ ਹਨ ਜਿਵੇਂ ਆਪਾਂ 1/2 ਤੇ 1/3 ਲੈ ਲਈਏ ਠੀਕ ਹੈ ਤਾਂ ਪਰ ਹਰ ਜਿਹੜੇ ਆ ਉਹ ਡਿਫਰੈਂਟ ਹੋਣ ਤਾਂ ਉਹਨਾਂ ਨੂੰ ਕਿਹੜੇ ਪਿੰਨਾ ਕਹਿੰਦੇ ਆਪਾਂ ਅਸਮਾਨ ਪਿੰਨਾ ਕਹਿੰਦੇ ਆ ਪਿੰਨਾ ਦੀ ਤੁਲਨਾ ਕਰਦੇ ਆ ਕਿਹੜੀ ਪਿੰਨ ਵੱਡੀ ਆ ਕਿਹੜੀ ਪਿੰਨ ਛੋਟੀ ਆ ਇਹਦੀ ਤੁਲਨਾ ਕਰਕੇ ਦੇਖਦੇ ਆ ਸੋ ਸਮਾਨ ਪਿੰਨਾਂ ਦੀ ਤੁਲਨਾ ਬਹੁਤ ਸੌਖੀ ਹੋ ਜਾਂਦੀ ਹੈ। ਸਮਾਨ ਪਿੰਨਾਂ ਤਾਂ ਬਹੁਤ ਜਲਦੀ ਪਤਾ ਲੱਗ ਜਾਂਦਾ ਕਿਉਂਕਿ ਹਰ ਬਰਾਬਰ ਹਨ। ਜਿਵੇਂ ਚਾਕਲੇਟ ਦੇ ਵਿੱਚੋਂ ਜੇ ਚਾਰ-ਚਾਰ ਹਿੱਸੇ ਕੀਤੇ ਅਜੇ ਚਾਰ ਚੋਂ ਮੈਨੂੰ 2 ਮਿਲੇ ਹਨ, ਮੇਰੇ ਦੋਸਤ ਨੂੰ 1 ਮਿਲੇ ਤਾਂ ਪਤਾ ਲੱਗ ਜਾਂਦਾ ਕਿਹੜੀ ਵੱਡੀ। ਸੋ ਦੋ ਪਿੰਨਾਂ ਵਿੱਚੋਂ ਜਿਸ ਦਾ ਅੰਸ਼ ਵੱਡਾ ਹੋਵੇਗਾ, ਸਮਾਨ ਪਿੰਨਾਂ ਵਾਂ, ਕਿਉਂਕਿ ਹਰ ਬਰਾਬਰ ਹੋਵੇਗਾ, ਜਿਹਦਾ ਅੰਸ਼ ਵੱਡਾ ਹੋਵੇਗਾ, ਉਹੀ ਪਿੰਨ ਵੱਡੀ ਹੋਏਗੀ। ਮੈਂ ਉਦਾਹਰਣ ਵੀ ਲਈਏ ਦੇਖੋ ਤੁਹਾਡੇ ਕੋਲ 5/8 ਤੇ 3/8 ਤਾਂ ਦੇਖੋ ਦੋਨੋਂ ਦਾ ਹਰ ਸਮਾਨ ਆ, ਸਮਾਨ ਪਿੰਨਾਂ ਆ। ਤਦ ਇਹ ਦੇਖੋ ਇਧਰ ਆਪਣੇ ਕੋਲੇ ਪੰਜ ਹਿੱਸੇ ਬਹੁਤ ਵੱਡਾ ਹਿੱਸਾ ਤਿੰਨ ਹਿੱਸੇ ਡਾਇਗਰਾਮ ਵੀ ਦੱਸ ਰਹੀ ਹੈ ਤੁਹਾਨੂੰ ਕਿ ਕਿਹੜਾ ਤੁਹਾਨੂੰ ਦੇਖ ਕੇ ਪਤਾ ਲੱਗੂ ਕਿਹੜਾ ਹਿੱਸਾ ਵੱਡਾ ਹੈ ਆਪਣੇ ਕੋਲ ਸੋ ਪੰਜ ਹਿੱਸੇ ਮਿਲੇ ਹਨ ਇੱਕ ਨੂੰ ਤਿੰਨ ਹਿੱਸੇ ਮਿਲੇ ਹਨ ਤਾਂ ਸਾਫ਼ 5/8 ਜਿਹੜਾ ਵਾ ਉਹ 3/8 ਤੋਂ ਕੀ ਆ ਵੱਡਾ ਵਾ ਸੋ ਸਮਾਨ ਪਿੰਨਾਂ ਦੀ ਤੁਲਨਾ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ ਬੜੀ ਈਜ਼ੀਲੀ ਹੋ ਜਾਂਦੀ ਹੈ ਕਿਉਂਕਿ ਹਰ ਬਰਾਬਰ ਹੁੰਦੇ ਹਨ ਅੰਸ਼ ਜਿਹਦਾ ਵੱਡਾ ਉਹੀ ਪਿੰਨ ਵੱਡੀ ਪਰ ਔਕਾ ਹੋ ਜਾਂਦਾ ਅਸਮਾਨ ਪਿੰਨਾਂ ਦੀ ਤੋ ਪਚਲੂ ਉਹਨਾਂ ਦੀ ਕੰਪੈਰੀਜ਼ਨ ਕਰਕੇ ਦੇਖਦੇ ਆ ਤੁਲਨਾ ਕਰਕੇ ਦੇਖਦੇ ਆ ਤੋ ਸਮਾਨ ਅੰਸ਼ ਵਾਲੀਆਂ ਦੇਖਦੇ ਆ ਪਹਿਲਾਂ ਜਿਨ੍ਹਾਂ ਦਾ ਅੰਸ਼ ਸਮਾਨ ਹੋਵੇ ਹੈ ਆਸਮਾਨ ਪਿੰਨਾ ਹੀ ਆ ਪਰ ਅੰਸ਼ ਉੱਪਰ ਸਮਾਨ ਹੋਵੇ ਮੈਂ ਗਲਤੀ ਕੀਤੀ ਸੀ ਤੁਹਾਨੂੰ ਹੁਣੇ ਦੱਸਿਆ ਸੀ 1/3 ਤੇ 1/5 ਮੈਂ ਦੋ ਪਿੰਨਾ ਲੈ ਲਿਆ ਇਹਨਾਂ ਦੋਨਾਂ ਪਿੰਨਾ ਤੁਸੀਂ ਦੇਖ ਸਕਦੇ ਹੋ ਹਰ ਅਲੱਗ-ਅਲੱਗ ਠੀਕ ਹੈ ਆਸਮਾਨ ਪਿੰਨਾ ਪਰ ਅੰਸ਼ ਬਰਾਬਰ ਆ 1 ਇਹਨਾਂ ਨੂੰ ਯੂਨਿਟ ਫ੍ਰੈਕਸ਼ਨ ਵੀ ਕਹਿੰਦੇ ਆ ਇਕਾਈ ਫ੍ਰੈਕਸ਼ਨ ਵੀ ਕਹਿੰਦੇ ਆ ਠੀਕ ਹੈ ਨਾ ਇਕਾਈ ਪਿੰਨਾ ਵੀ ਕਹਿੰਦੇ ਆ ਯੂਨਿਟ ਫ੍ਰੈਕਸ਼ਨ 1/3 ਤੇ ਵੱਲ ਧਿਆਨ ਦਿਓ 1/3 ਦੇ ਵਿੱਚ ਮੈਂ ਕੀ ਕੀਤਾ ਤਿੰਨ ਭਾਗਾਂ 'ਚ ਵੰਡਿਆ ਬਾਕਸ ਲਿਆ ਤਿੰਨ ਭਾਗਾਂ 'ਚ ਵੰਡਿਆ ਇੱਕ ਨੂੰ ਮੈਂ ਕਲਰਡ ਕੀਤਾ ਵਾ ਤਾਂ ਸਭ ਨੂੰ ਪਿੰਨ ਲਿਖਣੀ ਆਉਂਦੀ ਆ ਤਿੰਨ 'ਚੋਂ ਇੱਕ ਹਿੱਸਾ ਤਾਂ 1/3 ਪੂਰਨ ਦਾ ਭਾਗ ਭਾਕੀ ਆ ਇੱਕਾ ਪੂਰਨ ਕਿੰਨਾ ਵਾ 3 ਸੋ 1/3 ਪਿੰਨ ਬਣ ਗਈ ਵੈਰੀ ਗੁੱਡ 1/5 ਉਸੇ ਸੇਮ ਸ਼ੀਟ ਨੂੰ ਉਹ ਡੀ ਸ਼ੀਟ ਨੂੰ ਮੈਂ ਬਿਲਕੁਲ ਪੰਜ ਭਾਗਾਂ 'ਚ ਵੰਡਿਆ ਬਰਾਬਰ ਭੰਗ ਬਰਾਬਰ ਭਾਗ ਹੋਣੇ ਜ਼ਰੂਰੀ ਆ ਮੈਂ ਪਹਿਲਾਂ ਕਿਹਾ ਕਿ ਭਿੰਨਾਂ ਤਾਂ ਹੀ ਬਣਦੀਆਂ ਜੇ ਬਰਾਬਰ ਭਾਗ ਹੋਣਗੇ ਸੋ ਇੱਥੇ ਵੀ ਦੇਖੋ ਆਪਾਂ ਕਲੜ ਕੀਤਾ ਪੋਰਸ਼ਨ ਥੱਲੇ ਵੀ ਪੋਰਸ਼ਨ ਕਲੜ ਕੀਤਾ ਤਾਂ ਜੇ ਮੈਂ ਚੱਕ ਕੇ ਇੱਕ ਨੂੰ ਦੂਜੀ ਦੇ ਉੱਪਰ ਰੱਖਾਂ ਵੈਸੇ ਵੀ ਦਿਖ ਰਿਹਾ ਚੱਕ ਕੇ ਰੱਖੇ ਵੀ ਦਿਖ ਜਾਏਗਾ ਆਪਣੇ ਕੋਲ ਤੁਹਾਨੂੰ ਕਲੜ ਪੋਰਸ਼ਨ ਕਿੰਝ ਵੱਧ ਦਿਖ ਰਿਹਾ ਪਹਿਲੀ 'ਚ ਦਿਖ ਰਿਹਾ ਕਿ ਦੂਸਰੀ 'ਚ ਬਿਲਕੁਲ ਸਹੀ ਪਹਿਲੀ ਦੇ ਵਿੱਚ ਕਲੜ ਪੋਰਸ਼ਨ ਕੀ ਆ ਵੱਧ ਆ ਆਪਣੇ ਕੋਲ ਇਹਦਾ ਮਤਲਬ 1/3 ਕੀ ਆ ਵੱਡੀ ਆ ਕਿਤੋਂ ਵੱਡੀ ਆ 1/3 1/5 ਤੋਂ ਵੱਡੀ ਆ ਹੈਂਡਓ ਬਚੂ ਅਸੀਂ ਜੇ ਇਦਾਂ ਹੀ ਹੁਣ ਸਮਾਨਾਂਸ਼ ਵਾਲੀਆਂ ਜਿਹਦੇ ਥੱਲੇ ਨੰਬਰ ਛੋਟਾ ਸੀ ਉਹ ਜਿਹਦੇ ਥੱਲੇ ਵੱਡਾ ਨੰਬਰ ਸੀ ਉਹ ਤੋਂ ਵੱਡੀ ਆਈ ਸੋ ਤੁਸੀਂ ਇਦਾਂ ਵੀ ਇਹਨੂੰ ਸੋਚ ਸਕਦੇ ਆ ਮਨ 'ਚ ਸਮਾਨਾਂਸ਼ ਵਾਲੀਆਂ ਦੇ ਵਿੱਚ ਕਿ ਜੇ ਹਰ ਵੱਡਾ ਹੋਵੇ ਉਹ ਪਿੰਨ ਛੋਟੀ ਹੋਊਗੀ ਜੇ ਹਰ ਵੱਡਾ ਹੋਵੇ ਤਾਂ ਪਿੰਨ ਕੀ ਹੋਊਗੀ ਆਪਣੇ ਕੋਲੇ ਛੋਟੀ ਹੋਊਗੀ ਜੇ ਹਰ ਛੋਟਾ ਹੋਵੇ ਤਾਂ ਪਿੰਨ ਕੀ ਹੋਊਗੀ ਆਪਣੇ ਕੋਲੇ ਵੱਡੀ ਹੋਊਗੀ ਅੱਗੇ ਆਪਾਂ ਦੇਖੀਏ ਫਿਰ ਇਦਾਂ ਵੀ ਉਸ ਆਸਮਾਨ ਪਿੰਨਾ ਜਿਨ੍ਹਾਂ ਦੇ ਵਿੱਚ ਕੀ ਆ ਆਪਣੇ ਕੋਲੇ ਅਲੱਗ-ਅਲੱਗ ਹੋਣ ਆਪਣੇ ਕੋਲ ਤਾਂ ਆ ਦੋ ਪਿੰਨਾ ਮੈ ਲਈਆਂ 2/3 ਤੇ 3/4 ਇਹਨਾਂ ਦੀ ਤੁਲਨਾ ਕਰਦੇ ਹਾਂ ਦੋ ਪਿੰਨਾ ਦੀ ਇਹਨਾਂ ਪਿੰਨਾ ਦੀ ਤੁਲਨਾ ਕਰਕੇ ਦੇਖਦੇ ਆ ਨੋਟ ਕਰ ਲਓ ਇੱਕ ਚੀਜ਼ ਚੰਗੀ ਤਰ੍ਹਾਂ ਇੱਥੇ ਕੀ ਹੈ ਤੁਸੀਂ ਆਪਣੇ ਕੋਲ ਮੂੰਹ ਜਵਾਨੀ ਦੇਖ ਕੇ ਤੁਸੀਂ ਡਾਇਗਰਾਮ ਵਾਲੇ ਮੈਥਡ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਛੋਟੇ-ਛੋਟੇ ਸਵਾਲਾਂ ਦੇ ਲਈ ਉਹ ਠੀਕ ਰਹਿੰਦੇ ਆ ਪਰ ਜਿਉਂ-ਜਿਉਂ ਸਵਾਲ ਵੱਡੇ ਹੁੰਦੇ ਜਾਂਦੇ ਆ ਸੰਖਿਆਵਾਂ ਵੱਡੀਆਂ ਹੁੰਦੀਆਂ ਜਾਂਦੀਆਂ ਤਾਂ ਤੁਹਾਨੂੰ ਗਣਿਤਕ ਤਰੀਕਾ ਆਉਣਾ ਚਾਹੀਦਾ ਮੈਥਮੈਟਿਕਲ ਤਰੀਕਾ ਆਉਣਾ ਚਾਹੀਦਾ ਉਹੀ ਕਾਰਗਰ ਹੋਏਗਾ ਕਿਉਂਕਿ ਹਰ ਵਾਰ ਤੁਹਾਨੂੰ ਛੋਟੇ ਸਵਾਲ ਨਹੀਂ ਮਿਲਣਗੇ ਆਓ 2/3 ਅਤੇ 3/4 ਦੀ ਤੁਲਨਾ ਕਰਕੇ ਦੇਖੀਏ ਕਿਹੜੀ ਸੰਖਿਆ ਵੱਡੀ ਹੈ ਆਪਣੇ ਕੋਲੇ ਨਾਲੋਂ ਕਿਹੜੀ ਪਿੰਨ ਵੱਡੀ ਹੈ ਪਿੰਨਾਂ ਨੂੰ ਪਹਿਲਾਂ ਤੁਲ ਪਿੰਨਾ ਬਣਾ ਲਓ ਇਹ ਜ਼ਰੂਰੀ ਹੈ ਤੁਲ ਪਿੰਨਾ ਬਣਾਵਾਂਗੇ ਤਾਂ ਉਹਦੇ ਵਿੱਚ ਕੀ ਹੋ ਜਾਏਗਾ ਆਪਣੇ ਕੋਲੇ ਹਰ ਬਰਾਬਰ ਹੋ ਜਾਣਗੇ ਆਪਾਂ ਦੇਖੀਏ ਪਿੰਨਾਂ ਦੇ ਹਰ ਦਾ ਲਲ ਸਸਾ ਵਾ ਵਾ ਲਓ ਇੱਥੇ ਆਪਾਂ ਲ ਸਵਰ ਲੈਣਾ ਹੁੰਦਾ ਠੀਕ ਹੈ ਗੁਣਾ ਕਰਨਾ ਹੁੰਦਾ ਭਾਗ ਨਹੀਂ ਕਰਨਾ ਤਾਂ ਗੁਣਾ ਕਰਨਾ ਹੁੰਦਾ ਸੋ ਲ ਸਵਰ 10 ਤੇ 4 ਦਾ ਸਭ ਨੂੰ ਆਉਂਦਾ ਵਾ ਲ ਸਵਰ ਕਰਨਾ ਤਿੰਨ ਤੀਜਾ ਚੈਪਟਰ ਸਾਰੇ ਕਰਕੇ ਆਏ ਤਿੰਨ ਤੇ ਚਾਰ ਦਾ ਮੈਂ ਲਾ ਸਵਾ ਕੱਢਿਆ ਤਾਂ ਕਿੰਨਾ ਆ ਗਿਆ ਆਪਣੇ ਕੋਲੇ 12 ਤਾਂ ਹੁਣ ਦੋਨਾਂ ਦਾ ਹਰ 12 ਕਰ ਲਓ ਜੇ ਤੁਸੀਂ ਦੋਨਾਂ ਦਾ ਹਰ 12 ਕਰ ਲੋਗੇ ਤਾਂ ਇਹ ਤੁਲਪਿੰਨਾ ਸਮਾਨ ਤੁਲਨਾ ਬਣਾ ਸਕਦੇ ਹੋ ਤੁਸੀਂ ਠੀਕ ਆ ਤਾਂ ਚਲੋ ਜੀ ਅੱਗੇ ਚੱਲਦੇ ਆ ਤਾਂ ਇੱਥੇ ਕੀ ਹੋਇਆ ਮੈਂ ਦੋ ਨੂੰ ਚਾਰ ਨਾਲ ਗੁਣਾ ਕਰ ਲਿਆ ਤਿੰਨ ਨੂੰ ਚਾਰ ਨਾਲ ਗੁਣਾ ਕਰ ਲਿਆ ਠੀਕ ਆ ਤਾਂ ਇੱਥੇ ਕੀ ਹੋਇਆ ਆਪਣੇ ਕੋਲੇ 2 4 ਇਹ ਕਿੰਨਾ ਬਣ ਗਿਆ ਆਪਣੇ ਕੋਲ ਉੱਪਰ 8 3 4 ਥੱਲੇ ਕਿੰਨਾ ਬਣ ਗਿਆ ਆਪਣੇ ਕੋਲੇ 12 ਲਓ ਜੀ 8/12 ਤੋਲ ਪੈਨ ਬਣਾਉਣ ਲੱਗਾ ਮੈਂ ਦੋਨੋਂ ਤੋਲ ਪੈਨ ਬਣਾਉਣ ਲੱਗਾ ਮੈਂ ਤਾਂ ਇਹਦੀ ਤੋਲ ਪੈਨ ਲੱਭੀ ਆ ਮੈਂ ਦੇਖੋ 2/3 ਦੇ ਤੋਲ ਪੈਨ ਲੱਭ ਗਈ 8/1 ਐਦੇ 3/4 ਦੇ ਵੀ ਮੈਂ ਤੋਲ ਪੈਨ ਲੱਭ ਲਈ ਉਹ ਕਿੰਨੀ ਆ ਗਈ ਆਪਣੇ ਕੋਲੇ ਉਹਦੇ ਥੱਲੇ 12 ਬਣਾਉਣਾ ਤਾਂ 4 ਨੂੰ ਕਰਨਾ ਗੁਣਾ ਕਰਨਾ ਪਊਗਾ 3 ਨਾਲ ਉੱਪਰ ਵੀ 3 ਨਾਲ ਗੁਣਾ ਕਰਾਂਗੇ ਉਹ ਕੀ ਆ ਗਈ ਆਪਣੇ ਕੋਲੇ 9 12 2/3 ਤੇ 3/4 ਦੇ ਮੈਂ ਤੋਲ ਪੈਨਾਂ ਲੱਭੀਆਂ ਠੀਕ ਆ ਤੋਲ ਪੈਨਾਂ ਬਣਾ ਲਉਣੀ ਲੱਭਣੀਆਂ ਆਪਾਂ ਤੇ ਤੋਲ ਪੈਨਾਂ ਉਹ ਆਪਾਂ ਲੱਭੀਆਂ ਉਹ ਆ ਗੀਆਂ 8/12 ਤੇ 9/12 ਧਿਆਨ ਰੱਖਣ ਦੇ ਜੋ ਚੀਜ਼ ਆ ਤੁਲਪਨ ਜਦੋਂ ਤੁਸੀਂ ਬਣਾ ਰਹੇ ਕਿ ਤੁਸੀਂ ਹਰ ਬਰਾਬਰ ਕਰਦੇ ਹਰ ਕੀ ਬਣਾਉਣਾ ਆਪਣੇ ਕੋਲੇ ਬਰਾਬਰ ਉਹ ਬਰਾਬਰ ਕਰਨ ਲਈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਉਹ ਬਰਾਬਰ ਕਿਵੇਂ ਹੋਣਗੇ ਤੁਸੀਂ ਪਹਿਲਾਂ ਲਸਵ ਲੱਭਣਾ ਉਹ ਲਸਵ ਤੁਹਾਨੂੰ ਦੱਸੂਗਾ ਕਿ ਹਰ ਕਿੰਨਾ ਬਣਾਉਣਾ ਵਾ ਸੋ ਇੱਥੇ ਲਸਵ ਨੇ ਦੱਸਿਆ ਕਿ ਹਰ 12 ਬਣਾਉਣਾ ਵਾ ਸੋ ਮੈਂ 2/3 ਤੇ 3/4 ਦੇ ਤੁਲਪਨ ਲੱਭ ਲਈ ਹੁਣ ਬੱਚੇ ਬਹੁਤ ਜਲਦੀ ਦੱਸ ਸਕਦੇ 8/12 ਵੱਡਾ ਕਿ 9/12 ਵੱਡਾ 9/12 ਵੱਡਾ ਵਾ ਇਹਦਾ ਮਤਲਬ ਸਾਰੇ ਬੱਚਾ ਨੇ ਦੱਸਤਾ ਹੋਊਗਾ ਕਿ 3/4 ਜਿਹੜਾ ਵਾ ਉਹ 2/3 ਤੋਂ ਵੱਡਾ ਵਾ 3/4 ਤੇ 2/3 ਨੂੰ ਦੇਖ ਕੇ ਦੱਸਣਾ ਬਹੁਤ ਔਖਾ ਸੀਗਾ ਕਿ ਕਿਹੜਾ ਵੱਡਾ ਵਾ ਪਰ ਇੱਥੇ ਆਪਾਂ ਦੱਸਦੇ ਤਾਂ ਇੱਕ ਸਵਾਲ ਆਪਾਂ ਫਟਾਫਟ ਕਰਦੇ ਆਂ ਦੇਖਦੇ ਆਂ ਜਲਦੀ ਆਪਾਂ ਸਵਾਲ ਕਰਦੇ 4/5 ਤੇ 5/6 ਦੀ ਤੁਲਨਾ ਕਰਦੇ ਤਾਂ ਲਾਸਾ ਵਾ ਮੇਨ ਲਾਦਾ ਬਹੁਤ ਸਾਰੇ ਬੱਚਾ ਨੇ ਮੈਨੂੰ ਦੱਸਦੇ ਤਾਂ ਕਿ ਲਾਸਾ ਵਾ 5 ਤੇ 6 ਦਾ ਕਿੰਨਾ ਆ ਰਿਹਾ ਆਪਣੇ ਕੋਲੇ 30 ਕਿੰਨਾ ਆ ਰਿਹਾ ਆਪਣੇ ਕੋਲੇ 5 ਚਿਕਤੀ ਸੋ 4/5 ਨੂੰ ਆਪਾਂ ਥੱਲੇ 30 ਬਣਾਉਨੇ ਆ ਕਦ ਨਾਲ ਗੁਣਾ ਕਰਨਾ ਪਏਗਾ ਥੱਲੇ 30 ਬਣਾਉਣ ਲਈ 6 ਨਾਲ ਮੈਂ ਉੱਪਰ ਵੀ 6 ਨਾਲ ਗੁਣਾ ਕਰਤਾ ਥੱਲੇ ਵੀ 6 ਨਾਲ ਗੁਣਾ ਕਰਤਾ ਸੋ ਇਹ ਬਣ ਗਈ ਕਿੰਨੀ ਬਣ ਗਈ ਆਪਣੇ ਕੋਲੇ 24/3 5/6 ਜਵੀ ਮੈਂ ਹੀ ਕੀਤਾ ਉੱਪਰ ਤੇ ਥੱਲੇ 30 ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ 6 ਨੂੰ ਕਦ ਨਾਲ ਗੁਣਾ ਕਰਨਾ ਪਊਗਾ 5 ਨਾਲ ਉੱਪਰ ਵੀ 5 ਨਾਲ ਗੁਣਾ ਕਰਤਾ ਸੋ ਇਹ ਬਣ ਗਈ 25/30 ਹੁਣ ਬੱਚੇ ਬਹੁਤ ਜਲਦੀ ਦੇਖ ਕੇ ਦੱਸ ਸਕਦੇ ਆ ਕਿ 24/30 ਵੱਡੀ ਕਿ 25/30 ਵੱਡੀ ਹਰ ਬਰਾਬਰ ਹਰ ਬਰਾਬਰ ਤਾਂ ਪੱਕਿਆ ਸੀਗਾ ਅੰਸ਼ ਜਿਹੜਾ ਵੱਡਾ ਵਾ ਉਹੀ ਪਿੰਨ ਵੱਡੀ ਹੈ ਸੋ 25/30 ਮਤਲਬ 5/6 ਕਿਤੋਂ ਵੱਡਾ ਹੈ ਆਪਣੇ ਕੋਲੇ 4/5 ਤੋਂ ਸੋ ਦੱਸੇ ਹੋਏ ਅੱਜ ਜੋ ਦੱਸਿਆ ਗਿਆ ਕਰਾਇਆ ਗਿਆ ਬੱਚਿਆ ਮੈਨੂੰ ਲੱਗਦਾ ਬੱਚਿਆਂ ਨੂੰ ਬਹੁਤ अच्छी ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਇਹਨੂੰ ਯੂਜ਼ ਕਰਕੇ ਉਹ ਬਹੁਤ ਸੌਖੇ ਤਰੀਕੇ ਨਾਲ ਆਪਣੀ ਅਭਿਆਸ ਨੂੰ ਪੂਰਾ ਕਰ ਲੈਣਗੇ ਧੰਨਵਾਦ